ਅੰਸ਼ੀ ਟੀਵੀ ਦੇ ਪ੍ਰੇਮੀਓ, ਮੇਰਾ ਲਾਲ ਬੰਗੜ ਵੱਲੋਂ ਆਪ ਸਭ ਨੂੰ ਪਿਆਰ ਭਰੀ ਜੈ ਗੁਰਦੇਵ, ਨਮਸਕਾਰ, ਸਤਿ ਸ਼੍ਰੀ ਅਕਾਲ, ਅਦਾਬ, ਜੈ ਭੀਮ ਅਤੇ ਜੈ ਭਗਵਾਨ ਵਾਲਮੀਕ ਜੀ। ਦੇਸ਼ ਵਿਦੇਸ਼ ਜਿੱਥੇ ਕਿਤੇ ਵੀ ਆਪ ਕਾਂਸੀ ਟੀਵੀ ਹੁਣ ਦੇਖ ਰਹੇ ਹੋ, ਉਮੀਦ ਹੈ ਸਭ ਠੀਕ ਠਾਕ ਹੋਵੋਗੇ। ਔਰ ਇੱਕ ਘੰਟਾ ਹੁਣ ਆਪਾਂ ਕਵੀ ਦਰਬਾਰ ਸਜਾਉਣਾ ਹੈ। ਮੈਂ ਸਭ ਤੋਂ ਪਹਿਲਾਂ ਆਪਣੀ ਕਵਿਤਾ ਬੋਲੂੰਗਾ। ਲਾਈਨਾਂ ਖੁੱਲ੍ਹੀਆਂ ਹਨ, ਟੈਲੀਫੋਨ ਨੰਬਰ ਤੁਹਾਨੂੰ ਪਤਾ ਹੈ, 0300-770-2246। ਅਗਰ ਬਾਹਰੋਂ ਕਰ ਰਹੇ ਹਾਂ 0044 ਲਾ ਕੇ, ਫਿਰ 300-770-2246 ਲਾਉਣਾ। ਲਾਈਨਾਂ ਖੁੱਲ੍ਹੀਆਂ ਹਨ, ਤੁਸੀਂ ਹੁਣ ਤੋਂ ਹੀ ਲਾਈਨਾਂ ਜੋੜ ਲਓ। ਮੈਂ ਆਪਣੀ ਪਹਿਲੀ ਕਵਿਤਾ ਬੋਲਣੀ ਹੈ। ਅੱਜ ਮੈਂ ਕਵਿਤਾ ਜੋ ਬੋਲਣ ਜਾ ਰਿਹਾ ਹਾਂ, ਤੁਹਾਨੂੰ ਪਤਾ ਹੈ ਕਿ ਜੂਨ ਦਾ ਮਹੀਨਾ 13 ਤਰੀਕ ਅੱਜ ਹੈ। 11-12 ਜੂਨ 1926 ਨੂੰ ਆਦਿ ਧਰਮ ਦੀ ਇੱਕ ਲਹਿਰ, ਐਸੀ ਲਹਿਰ ਜਿਨ੍ਹਾਂ ਨੇ ਕਿ ਸਾਨੂੰ ਇੱਕ ਵੱਖਰੀ ID ਦਿੱਤੀ, ਉਹਦੇ ਬਾਰੇ ਮੈਂ ਆਪਣੀ ਕਵਿਤਾ ਪੜ੍ਹਨੀ ਹੈ। ਪਰ ਤੁਸੀਂ ਜੋ ਵੀ ਤੁਹਾਡੀ ਰਚਨਾ ਹੈ ਉਹ ਤੁਸੀਂ ਲਿਆ ਸਕਦੇ ਹੋ। ਅਤੇ ਮੈਂ ਆਦਿ ਧਰਮ ਦੇ ਬਾਰੇ ਬਹੁਤ ਵਾਰ ਬੋਲਦਾ ਰਹਿੰਦਾ ਹਾਂ, ਕਿਉਂਕਿ ਇਹ ਸਾਨੂੰ ਇੱਕ ਨਈ ID ਮਿਲੀ ਸੀ ਔਰ ਅਸੀਂ ਆਦਿ ਧਰਮ ਹੀ ਅਖਵਾਉਣ ਲੱਗੇ। ਪਹਿਲਾਂ ਤੱਕ ਸਾਨੂੰ ਕੋਈ ਹਰੀਜਨ, ਕੋਈ ਕੁਛ ਹੋਰ ਕਹਿੰਦਾ ਸੀ। ਔਰ ਉਸ ਤੋਂ ਬਾਅਦ ਹੀ ਜਦੋਂ ਆਦਿ ਧਰਮ ਲਹਿਰ ਇਸ ਦੁਨੀਆ ਦੇ ਗੱਦੀ ਬਾਬਾ ਜੀ ਨੇ ਲਿਆਂਦੀ, ਤਾਂ ਸਾਨੂੰ ਜ਼ਮੀਨ ਲੈਣ ਦਾ ਹੱਕ, ਬੈਨਾਮਾ ਜਿਹਨੂੰ ਆਪਾਂ ਕਹਿੰਦੇ ਹਾਂ, ਉਦੋਂ ਹੀ ਹੋਇਆ ਸੀ। ਸੋ ਮੈਂ ਉਹਨਾਂ ਸਾਡੇ ਮਹਾਨ ਯੋਧਿਆਂ ਨੂੰ ਚੁੱਕ ਕੇ ਸਲਾਮ ਕਰਦਾ ਹਾਂ, ਜਿਨ੍ਹਾਂ ਨੇ ਕਿ ਸਾਨੂੰ ਬਹੁਤ ਸਾਰੇ ਹੱਕ ਲੈ ਕੇ ਦਿੱਤੇ। ਔਰ ਉਹਨਾਂ ਹੱਕਾਂ ਨੂੰ ਬਾਅਦ ਦੇ ਵਿੱਚ ਬਾਬਾ ਸਾਹਿਬ ਡਾਕਟਰ ਅੰਬੇਦਕਰ ਨੇ ਸੰਵਿਧਾਨ ਦੇ ਵਿੱਚ ਮੋਹ ਲਾਤੀ। ਇਸ ਕਰਕੇ ਹੁਣ ਆਪਣੇ ਕੰਮ ਜਿਹੜੀ ਆ ਕਾਫੀ ਤਰੱਕੀ ਕਰ ਰਹੀ ਆ, ਤਰੱਕੀ ਹੋ ਚੁੱਕੀ ਹੈ, ਹੋਰ ਵੀ ਹੋਏਗੀ ਜਦੋਂ ਸਾਡੇ ਬੱਚੇ, ਆਉਣ ਵਾਲੀ ਪੀੜ੍ਹੀ ਬਹੁਤ ਸਾਰੀ ਵਿੱਦਿਆ ਲਏਗੀ, ਬੜੇ ਬੜੇ ਵਿਗਿਆਨੀ ਬਣਗੇ, ਇੰਜੀਨੀਅਰ ਬਣਗੇ, ਡਾਕਟਰ ਬਣ ਰਹੇ ਹਨ। ਸੋ ਅਸੀਂ ਬਹੁਤ ਤਰੱਕੀ ਕਰਾਂਗੇ। ਸੋ ਮੇਰੀ ਕਵਿਤਾ ਹੈ ਕਿ ਗਦਰੀ ਬਾਬਾ ਜੀ, ਤੇਰੀ ਬਲਬੂਦੀ ਦੇ ਮੈਂ ਜਾਵਾਂ ਲੱਖ ਵਾਰੀ ਬਲਿਹਾਰੇ, ਤੂੰ 36 ਕੌਮਾਂ ਨੂੰ ਇੱਕ ਝੰਡੇ ਹੇਠ ਲਿਆਂਦਾ ਅਤੇ ਲਾਏ ਸੀ ਆਦਿ ਧਰਮ ਦੇ ਜੈ ਜੈ ਕਰਕੇ। ਇਹ ਸੌਖੇ ਨਹੀਂ ਮਿਲੇ ਸਾਡੇ ਮਹਾਨ ਨੇਤਾ, ਕਿੰਨੀਆਂ ਔਕੜਾਂ ਅਤੇ ਕਠਿਨਾਈਆਂ ਤੈ ਕਸ਼ਟ ਸਹਾਰੇ ਆਪਣੀ ਕੌਮ ਲਈ, ਜ਼ਾਲਮ ਤੇਰੀ ਜਾਨ ਦੇ ਬਣ ਗਏ ਸੀ ਹਥਿਆਰੇ, ਪਰ ਤੂੰ ਰੂਹ ਪੋਸ਼ੋ ਦਿਨ ਗੁਜ਼ਾਰੇ ਆਪਣੀ ਕੌਮ ਲਈ। ਰੂਹ ਪੋਸ਼ੋ ਜਾਣਾ, ਛੁੱਪ ਜਾਣਾ, ਤੈਨੂੰ ਚਿੰਤਾ ਸੀ ਇਹਨਾਂ ਲਤਾੜਿਆਂ ਨੂੰ ਮੈਂ ਅੱਗੇ ਲਿਜਾਣਾ, ਇਹ ਰਹੇ ਦੁਰਕਾਰੇ, ਬਹੁਤ ਦੇਰ ਤੋਂ ਦੁਰਕਾਰੇ ਰਹੇ ਸੀ, ਅਤੇ ਇਹ ਅਗਾਂਹ ਹੋਣ ਸਾਰੇ ਫਿਰ ਤੂੰ ਜੀਵਿਆ ਆਪਣੀ ਕੌਮ ਲਈ। ਮੈਂ ਰਹਾਂ ਜਾਂ ਨਾ ਰਹਾਂ, ਪਰ ਇਹਨਾਂ ਦੀ ਜ਼ਿੰਦਗੀ ਕਿੰਝ ਸੁਧਰੇ ਅਤੇ ਕਿਵੇਂ ਜਾਣਗੇ ਸਤਿਕਾਰੇ। ਸਵਾਲ ਤਾਂ ਇਹ ਹੈ ਕਿ ਸਤਿਕਾਰ ਕਿਸੇ ਲਈ ਲਿਆਉਣਾ ਬਹੁਤ ਵੱਡੀ ਗੱਲ ਹੁੰਦੀ ਹੈ। ਮੈਂ ਰਹਾਂ ਜਾਂ ਨਾ ਰਹਾਂ, ਪਰ ਇਹਨਾਂ ਦੀ ਜ਼ਿੰਦਗੀ ਕਿੰਝ ਸੁਧਰੇ ਅਤੇ ਕਿਵੇਂ ਜਾਣਗੇ ਸਤਿਕਾਰੇ। ਸੋ ਗਦਰੀ ਬਾਬਾ ਜੀ, ਤੇਰੀ ਬਲ ਬੁੱਧੀ ਦੇ ਮੈਂ ਜਾਵਾਂ ਲੱਖ ਵਾਰੀ ਬਲਿਹਾਰੇ, ਤੂੰ ਇੱਕ ਸਕੀਮ ਬਣਾਈ ਕਿ 12-12 ਪਿੰਡਾਂ ਦੀ ਪੰਚਾਇਤ ਬਿਠਾਏ,
ਅਤੇ ਜਲਸੇ ਜਲੂਸਾਂ ਦਾ ਕੀਤਾ ਪ੍ਰਬੰਧ ਸਾਰਾ। ਆਪੋ ਆਪਣੇ ਘਰਾਂ ਤੋਂ ਖਾਣਾ ਅਤੇ ਕੱਪੜਾ ਸਾਥ ਲਿਆਉਣਾ, ਕਿਸੇ ਇੱਕ ਗ੍ਰਾਂ 'ਤੇ ਬੋਝ ਨਹੀਂ ਪਾਉਣਾ ਬਹੁਤ ਪਾਰਾ, ਕਿਉਂਕਿ ਆਪਣੀ ਕੌਮ ਬੜੀ ਗਰੀਬ ਸੀ। ਉਹ ਕਹਿੰਦੇ ਕਿ ਆਪਣੇ ਕੋਲੋਂ ਖਾਣਾ ਵੀ ਕੱਪੜਾ ਲਿਆਓ। ਦੂਰ ਦੁਰਾਡਿਓਂ ਅਨੇਕਾਂ ਲੋਕ ਆਣ ਇਕੱਠੇ ਹੋਏ, ਬੁੱਧੀਜੀਵੀ ਸੁਗੜ ਸਿਆਣੇ ਸੋਏ, ਅਤੇ ਭਵਿੱਖ ਦਾ ਅਲੀਕਿਆ ਪਲੈਨ ਉਜਿਆਰਾ ਅਤੇ ਮੈਮੋਰੈਂਡਮ ਲਿਖਿਆ ਅੰਗਰੇਜ਼ ਤਾਂ ਆਪਣੀਆਂ ਮੰਗਾਂ ਅਤੇ ਸਮੱਸਿਆਵਾਂ ਨੂੰ ਪਹੁੰਚਾਇਆ ਸਰਕਾਰ ਦੁਆਰੇ। ਗਦਰੀ ਬਾਬਾ ਜੀ ਤੇਰੀ ਬਲਬੁੱਧੀ ਦੇ ਮੈਂ ਜਾਵਾਂ ਬਲਿਹਾਰੇ। ਆਤਰ ਮੰਡਲ ਦਾ ਹੈੱਡ ਆਫਿਸ ਬਣਾਇਆ ਜਲੰਧਰ ਵਿਖੇ, ਉੱਥੇ ਹੈੱਡ ਆਫਿਸ ਹੀ ਬਣਾ ਲਿਆ ਜਿੱਥੇ ਆ ਧਰਮੀਆਂ ਦਾ ਭਵਿੱਖ ਉਲੀਕਿਆ ਜਾਣ ਲੱਗਾ। ਇੰਤਕਾਲ ਅਰਾਜ਼ੀ ਐਕਟ ਸੋਧ ਹੋਈ ਅਤੇ ਰਈਅਤਨਾਮਾ, ਅਸੀਂ ਲੋਕ ਰਈਅਤਨਾਮੇ ਬਹਦੇ ਸੀ, ਖਤਮ ਕਰਕੇ ਇੰਤਕਾਲ ਆਦੀਆਂ ਨਾਮ ਬਹਾਲ ਕਰਾਉਣ ਲੱਗਾ। ਫਿਰ ਆਦੀ ਡਾਂਕਾ ਅਖਬਾਰ ਵੀ ਸ਼ੁਰੂ ਹੋਇਆ, ਕਵੀ ਲਿਖਾਰੀ ਲਿਖਣ ਲੱਗ ਪਏ। ਆਦੀ ਡਾਂਕਾ ਅਖਬਾਰ ਵੀ ਸ਼ੁਰੂ ਹੋਇਆ ਅਤੇ ਬਗਾਰ ਅਲਾਮਤਾ ਦਾ ਭੋਗ ਟੋਇਆ। ਆ ਧਰਮੀ ਮੂਰਤਾਂ ਬਾਅਦ ਫਿਰ ਬੰਦਾ ਖਵਾਉਣ ਲੱਗਾ ਅਤੇ ਤਾਰਾਂ ਦਿੱਤੀਆਂ ਲੰਡਨ ਗੋਲਮੇਜ ਕਾਨਫਰੰਸ ਤਾਂ। ਡਾਕਟਰ ਅੰਬੇਦਕਰ ਜੀ ਸਾਡੇ ਲੀਡਰ ਗਏ ਥਾਪੇ ਆਦੀਆਂ ਦੇ ਨੇਤਾ ਪਿਆਰੇ, ਕਿਉਂਕਿ ਬਾਪੂ ਗਾਂਧੀ ਕਹਿੰਦਾ ਸੀ ਮੈਂ ਇਹਨਾਂ ਦਾ ਲੀਡਰ ਹਾਂ। ਡਾਕਟਰ ਅੰਬੇਦਕਰ ਕਹਿੰਦਾ ਨੋ, ਇਹ ਝੂਠ ਪਾਤ ਹੈ, ਮੈਂ ਇਹਨਾਂ ਦਾ ਅਸਲ ਲੀਡਰ ਹਾਂ। ਸੋ ਉਹਨਾਂ ਨੂੰ ਫਿਰ ਥਾਪਿਆ ਗਿਆ। ਸੋ ਗਦਰੀ ਬਾਬਾ ਜੀ ਮੈਂ ਤੇਰੀ ਬਲਬੁੱਧੀ ਦੇ ਜਾਵਾਂ ਬਲਿਹਾਰੇ। 1931 ਦੀ ਮਰਦਮਸ਼ੁਮਾਰੀ 'ਚ 4.5 ਲੱਖ ਲੋਕਾਂ ਨੇ ਆਪਣੇ ਆਪ ਨੂੰ ਫਿਰ ਆਦ ਧਰਮੀ ਕਰਾਰ ਠਹਿਰਾਇਆ ਸੀ। ਬਾਬੂ ਮੰਗੂ ਰਾਮ ਜੀ ਅਤੇ ਚੌਧਰੀ ਬਾਬੂ ਮੰਗੂ ਰਾਮ ਜੀ ਉਹ ਪ੍ਰੈਜੀਡੈਂਟ ਸੀ ਅਤੇ ਚੌਧਰੀ ਹਜ਼ਾਰਾ ਰਾਮ ਜਨਰਲ ਸਕੱਤਰ ਨੇ ਲੋਰਡ ਲੋਥੀਅਨ ਤੋਂ ਆਦ ਧਰਮੀਆਂ ਨੂੰ ਹਿੰਦੂ ਸਿੱਖ ਮੁਸਲਮਾਨ ਅਤੇ ਈਸਾਈਆਂ ਤੋਂ ਅੱਡ ਕੌਮ ਦਾ ਦਰਜਾ ਦਿਲਵਾਇਆ। ਵਾਹ ਜੀ ਵਾਹ। ਫੌਜ, ਮਿਊਂਸਪਲ ਕਮੇਟੀਆਂ, ਡਿਸਟ੍ਰਿਕਟ ਬੋਰਡ, ਬੈਂਕਾਂ ਅਤੇ ਹੋਰ ਸਾਰੇ ਸਰਕਾਰੀ ਅਦਾਰਿਆਂ 'ਚ 25% ਰਿਜ਼ਰਵ ਕੋਟਾ ਵੀ ਰਖਵਾਇਆ ਸੀ। ਵਾਹ ਜੀ ਵਾਹ। ਸਿਦਕੀ ਬਾਬਾ ਸੱਚ ਦਾ ਪਹਿਰੇਦਾਰ ਬਣ ਕੇ ਪਿਆਰੇ, ਹੱਕਾਂ ਲਈ ਚਮਕੇ ਹੋ ਤਰੂ ਤਾਰੇ, ਅਤੇ ਪਛੜੀ ਕੌਮ ਲਈ ਸਦਾ ਉਹ ਜਾਣਗੇ ਸਤਿਕਾਰੇ। ਸੋ ਗਦਰੀ ਬਾਬਾ ਜੀ ਤੇਰੀ ਬਲਬੁੱਧੀ ਦੇ ਮੈਂ ਜਾਵਾਂ ਬਾਰੇ ਬਲਿਹਾਰੇ, ਕਿਉਂਕਿ 36 ਕੌਮਾਂ ਨੂੰ ਇੱਕ ਝੰਡੇ ਹੇਠ ਲਿਆਂਦਾ ਸੀ ਅਤੇ ਲਾਏ ਆ ਧਰਮ ਦੇ ਜੈ ਜੈਕਾਰੇ, ਜੈ ਜੈਕਾਰੇ, ਜੈ ਜੈਕਾਰੇ। ਇਹ ਸੀ ਜੀ ਮੇਰੀ ਕਵਿਤਾ। ਆ ਧਰਮ ਦੇ ਬਾਰੇ ਲਾਈਨਾਂ ਸ਼ੁਰੂ ਹਨ, ਲਾਈਨ ਆ ਗਈ ਹੈ ਜੀ। ਆਨੰਦ ਜੀ ਜੈਗੁਰਦੇਵ। ਹਾਂਜੀ, ਸਤਿਕਾਰਯੋਗ ਵੀਰ ਜੀ, ਸਿਮਰਜੀਤ ਕੌਰ ਚਾਲ ਬੋਲਦੀ। ਸਿਮਰਜੀਤ ਚਾਲ ਭੈਣ ਜੀ, ਜੀ ਆਇਆਂ ਨੂੰ। ਵੀਰ ਜੀ, ਜੋ ਵੀ ਸਰੋਤੇ ਇਸ ਵੇਲੇ ਪ੍ਰੋਗਰਾਮ ਦੇ ਨਾਲ ਜੁੜੇ ਆ, ਸਰੋਤਿਆਂ ਨੂੰ ਵੀ ਤੇ ਤੁਹਾਨੂੰ ਵੀ ਵੀਰ ਜੀ ਪ੍ਰੇਮ ਭਰੀ ਜੈਗੁਰਦੇਵ। ਤਨਗਦੇਵ ਜੀ, ਹਾਂਜੀ ਵੀਰ ਜੀ, ਬਹੁਤ ਅੱਛੀ ਤੁਸੀਂ ਕਵਿਤਾ ਪੜ੍ਹੀ ਹੈ, ਬੜਾ ਇਸ ਕਵਿਤਾ ਦੇ ਵਿੱਚ ਗਿਆਨ ਸੀਗਾ। ਹਾਂਜੀ ਬਿਲਕੁਲ। ਹਾਂਜੀ, ਤੇ ਵੀਰ ਜੀ ਮੇਰੀ ਵੀ ਕਵਿਤਾ ਆ, ਇਹਦਾ ਸਿਰਲੇਖ ਹੈਗਾ ਕਿਤਾਬਾਂ। ਕਿਤਾਬਾਂ, ਵਾਹ ਜੀ ਵਾਹ। ਹਾਂਜੀ, ਕਿਤਾਬਾਂ ਤੋਂ ਤਾਂ ਸਾਨੂੰ ਗਿਆਨ ਮਿਲਦਾ। ਹਾਂਜੀ, ਕਿਤਾਬਾਂ ਨਾਲ ਮੇਰੀ ਦੋਸਤੀ, ਕਿਤਾਬਾਂ ਨਾਲ ਮੈਨੂੰ ਪਿਆਰ। ਦੁਨੀਆਂ ਵਿੱਚ ਕਿਤਾਬਾਂ ਦਾ ਹੈ ਆਪਣਾ ਇੱਕ ਸੰਸਾਰ।
ਦੁਨੀਆ ਵਿੱਚ ਕਿਤਾਬਾਂ ਦਾ ਹੈ ਆਪਣਾ ਇੱਕ ਸੰਸਾਰ ਬਾਜੀ ਵਾ। ਕਿਤਾਬਾਂ ਤੋਂ ਜ਼ਿਆਦਾ ਕੋਈ ਦੋਸਤ ਵਫ਼ਾਦਾਰ ਨਹੀਂ ਹੈ। ਗਿਆਨ ਵਾਧੇ ਲਈ ਇਸ ਤੋਂ ਅੱਛਾ ਕੋਈ ਆਧਾਰ ਨਹੀਂ ਹੈ। ਕਿਤਾਬਾਂ ਹੀ ਵਧਾਉਂਦੀਆਂ ਹਨ ਤਰੱਕੀ ਦੀ ਰਫ਼ਤਾਰ। ਬਿਲਕੁਲ, ਦੁਨੀਆ ਵਿੱਚ ਕਿਤਾਬਾਂ ਦਾ ਹੈ ਆਪਣਾ ਇੱਕ ਸੰਸਾਰ। ਬਿਲਕੁਲ, ਵਕਤ ਬਿਤਾਉਣ ਲਈ ਸਭ ਤੋਂ ਵਧੀਆ ਢੰਗ ਹਨ ਕਿਤਾਬਾਂ। ਜੀਵਨ 'ਚ ਅੱਗੇ ਜਾਣ ਲਈ ਇੱਕ ਉਮੰਗ ਹਨ ਕਿਤਾਬਾਂ। ਇੱਕ ਚੰਗੀ ਜ਼ਿੰਦਗੀ ਦਾ ਹਨ ਕਿਤਾਬਾਂ ਹੀ ਸ਼ਿੰਗਾਰ। ਬਿਲਕੁਲ, ਦੁਨੀਆ ਵਿੱਚ ਕਿਤਾਬਾਂ ਦਾ ਹੈ ਆਪਣਾ ਇੱਕ ਸੰਸਾਰ। ਜੀਵਨ ਨੂੰ ਸਮਝਣ ਵਿੱਚ ਸਹਾਈ ਹਨ ਕਿਤਾਬਾਂ। ਬਿਲਕੁਲ, ਕਿਸੇ ਲਈ ਸ਼ੌਕ ਕਿਸੇ ਲਈ ਪੜ੍ਹਾਈ ਹਨ ਕਿਤਾਬਾਂ। ਇਹ ਦੇਣ ਹੌਸਲਾ ਇਨਸਾਨ ਨੂੰ, ਜੋ ਮੰਨੇ ਨਾ ਫਿਰ ਹਾਰ। ਦੁਨੀਆ ਵਿੱਚ ਕਿਤਾਬਾਂ ਦਾ ਹੈ ਆਪਣਾ ਇੱਕ ਸੰਸਾਰ। ਭਾਜੀ ਵਾਹ, ਜੇ ਕਿਤਾਬਾਂ ਹੋਣ ਕੋਲ ਮਨ ਹੁੰਦਾ ਨਹੀਂ ਉਦਾਸ। ਬਿਲਕੁਲ, ਚੰਗੀਆਂ ਕਿਤਾਬਾਂ ਸਦਾ ਭਰਨ ਜੀਵਨ ਵਿੱਚ ਹੁਲਾਸ। ਧਰਮ ਦਾ ਰਾਹ ਵਿਖਾ ਕੇ ਮਿਲਾਵਣ ਇੱਕ ਕਰਤਾਰ। ਦੁਨੀਆ ਵਿੱਚ ਕਿਤਾਬਾਂ ਦਾ ਹੈ ਆਪਣਾ ਇੱਕ ਸੰਸਾਰ। ਕਿਤਾਬਾਂ ਆਪਣੇ ਪੜ੍ਹਨ ਵਾਲੇ ਦੀ ਦੱਸਦੀਆਂ ਹਨ ਪਹਿਚਾਣ। ਬਣਾ ਸਕਦੀਆਂ ਹਨ ਇਨਸਾਨ ਨੂੰ ਭਗਵਤ ਜਾਂ ਸ਼ੈਤਾਨ। ਬਿਲਕੁਲ, ਬਦਲ ਸਕਦੀਆਂ ਹਨ ਇਹ ਹਰ ਬੰਦੇ ਦਾ ਵਿਵਹਾਰ। ਦੁਨੀਆ ਵਿੱਚ ਕਿਤਾਬਾਂ ਦਾ ਹੈ ਆਪਣਾ ਇੱਕ ਸੰਸਾਰ। ਸੰਸਾਰ ਹਰ ਕਿਤਾਬ ਸਾਥੀ ਬਣਾਉਣ ਲਈ ਨਹੀਂ ਹੁੰਦੀ। ਬਿਲਕੁਲ, ਹਰ ਕਿਤਾਬ ਸਾਥੀ ਬਣਾਉਣ ਲਈ ਨਹੀਂ ਹੁੰਦੀ। ਕੋਈ ਪੜ੍ਹ ਕੇ ਛੱਡ ਦੇਈਦੀ ਹੈ, ਕੋਈ ਅਪਣਾਉਣ ਲਈ ਨਹੀਂ ਹੁੰਦੀ। ਮਾਜੀਵਾ, ਐਸੀ ਕਿਤਾਬ ਚੰਗੀ ਨਹੀਂ ਜੋ ਖੜੀ ਕਰੇ ਨਫ਼ਰਤ ਦੀ ਦੀਵਾਰ। ਮਾਜੀਵਾ, ਐਸੀ ਕਿਤਾਬ ਚੰਗੀ ਨਹੀਂ ਜੋ ਖੜੀ ਕਰੇ ਨਫ਼ਰਤ ਦੀ ਦੀਵਾਰ। ਨਫ਼ਰਤ ਦੀ ਦੀਵਾਰ ਜਾਂ ਫਿਰ ਮਨ ਵਿੱਚ ਉਪਜਾਵੇ ਵਾਸ਼ਨਾ ਤੇ ਵਿਕਾਰ। ਐਸੀਆਂ ਕਿਤਾਬਾਂ ਨੂੰ ਦੇਈਦਾ ਹੈ ਵਿਸਾਰ। ਦੁਨੀਆ ਵਿੱਚ ਕਿਤਾਬਾਂ ਦਾ ਹੈ ਆਪਣਾ ਇੱਕ ਸੰਸਾਰ। ਕਿਤਾਬਾਂ ਹੀ ਨਾਲ ਮੇਰੀ ਦੋਸਤੀ ਤੇ ਕਿਤਾਬਾਂ ਨਾਲ ਮੇਰੀ ਪਿਆਰ। ਕਿਤਾਬਾਂ ਨਾਲ ਮੇਰੀ ਦੋਸਤੀ ਤੇ ਕਿਤਾਬਾਂ ਨਾਲ ਮੇਰੀ ਪਿਆਰ। ਵੀਰ ਜੀ, ਟਾਈਮ ਦੇਣ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਜੈ ਗੁਰਦੇਵ। ਧੰਨਵਾਦ, ਤੁਹਾਡਾ ਧੰਨਵਾਦ ਭੈਣ ਜੀ, ਥੈਂਕ ਯੂ। ਜੈ ਗੁਰਦੇਵ, ਧੰਨ ਗੁਰਦੇਵ। ਇਹ ਸੀ ਸਾਡੀ ਸਿਮਰਜੀਤ ਚਾਹਲ ਭੈਣ ਜੀ, ਜਿਨ੍ਹਾਂ ਨੇ ਕਿਤਾਬਾਂ ਬਾਰੇ ਗੱਲ ਕੀਤੀ ਆ। ਕਿਤਾਬ ਜਿਹੜੀ ਆ ਤੁਹਾਨੂੰ ਬਹੁਤ ਸਾਰਾ ਗਿਆਨ ਦਿੰਦੀ ਆ। ਕਿਤਾਬਾਂ ਜਿਹੜੀਆਂ ਅੱਜ ਕੱਲ੍ਹ ਬੱਚੇ ਜਿਹੜੇ ਆ ਨਾ, ਉਹ ਸਮਾਰਟਫੋਨ ਦੇ ਉੱਤੇ ਟਿਕ ਟਿਕ ਕਰਦੇ ਰਹਿੰਦੇ ਆ। ਮੈਂ ਇਹ ਕਹੂੰਗਾ ਕਿ ਉਹ ਇਹਦੀ ਬਜਾਏ ਜੇਕਰ ਉਹ ਕਿਤਾਬਾਂ ਦੇ ਵਿੱਚ ਆਪਣਾ ਇੰਟਰਸਟ ਦੇਣ ਤਾਂ ਫਿਰ ਜ਼ਿੰਦਗੀ ਸੁਧਰ ਸਕਦੀ ਆ। ਹਾਂਜੀ ਜੀ, ਆਨੂ ਜੀ, ਜੈ ਗੁਰਦੇਵ। ਹੈਲੋ ਵੀਰ ਜੀ, ਪਿਆਰੀ ਪਿਆਰੀ ਜੈ ਗੁਰਦੇਵ ਜੀ। ਅੱਛਾ ਮਲ ਭੈਣ ਜੀ, ਜੀ ਆਨੂ, ਜੈ ਗੁਰਦੇਵ। ਹਾਂਜੀ ਜੈ ਗੁਰਦੇਵ, ਧੰਨ ਗੁਰਦੇਵ ਵੀਰ ਜੀ। ਅਤੇ ਪਹਿਲਾਂ ਜਿੰਨੇ ਵੀ ਆਉਣ ਵਾਲੇ ਆ, ਪਹਿਲਾਂ ਸਿਮਰਜੀਤ ਚਾਹਲ ਜੀ ਆਏ, ਹਾਂਜੀ, ਬਹੁਤ ਵਧੀਆ ਸੁਣਾ ਕੇ ਗਏ ਕਿਤਾਬਾਂ 'ਤੇ। ਤਾਂ ਤੁਸੀਂ ਵੀ ਜਿਹੜੀ ਕਵਿਤਾ ਪੜ੍ਹੀ ਸੀ ਬਹੁਤ ਵਧੀਆ ਸੀਗੀ। ਹਾਂਜੀ, ਅਤੇ ਦੇਖੋ ਜੀ, ਇਹ ਜਿਹੜੀਆਂ ਗੱਲਾਂ ਬਾਤਾਂ ਹੁੰਦੀਆਂ, ਇਹ ਸਮਝਣ ਦੀ ਲੋੜ ਹੁੰਦੀ ਆ। ਬਿਲਕੁਲ, ਅਤੇ ਇਹ ਸੋਚ ਵੀ ਜਿਹੜੀ ਪਹਿਲੇ ਸੀਗੇ ਉਹਨਾਂ ਦੀ, ਆਪਣੇ ਮੰਗੂ ਦਾਸ ਉਹਨਾਂ ਦੀ ਬਹੁਤ ਅੱਛੀ ਸੋਚ ਸੀ। ਅੱਛੀ ਸੋਚ ਸੀਗੀ, ਪਰ ਅੱਛੀ ਜਿਹੜੀ ਸੋਚ ਉਹਦੇ ਮਗਰ ਲੋਕ ਘੱਟ ਲੱਗਦੇ।
ਆਹੀ ਤਾਂ ਗੱਲ ਵਾ, ਇਹ ਦੁੱਖ ਆ, ਇਹੀ ਦੁੱਖ ਦੀ ਗੱਲ ਵਾ। ਜੇਕਰ ਸਾਡੀ ਏਕਤਾ ਹੋ ਜਾਏ, ਇੱਕ ਝੰਡੇ ਥੱਲੇ ਇਕੱਠੇ ਹੋ ਜਾਈਏ, ਅਸੀਂ ਕੀ ਨਹੀਂ ਕਰ ਸਕਦੇ, ਬਹੁਤ ਕੁਛ ਕਰ ਸਕਦੇ। ਹਾਂਜੀ ਹਾਂਜੀ। ਅਤੇ ਮੈਂ ਅੱਜ ਲੈ ਕੇ ਆਈ ਹਾਂ ਚਰਨਜੀਤ ਪੁੰਨੂ ਜੀ, ਉਹਨਾਂ ਦੀ ਲਿਖੀ ਆ। ਹਾਂਜੀ। ਅਤੇ ਪਹਿਲਾਂ ਜਿੰਨੇ ਵੀ ਆਉਣ ਵਾਲੇ ਆ ਅਤੇ ਜਿੰਨੇ ਵੀ ਚੁੱਪ ਕਰਕੇ ਸੁਣਦੇ ਆ, ਸਾਰਿਆਂ ਨੂੰ ਪਿਆਰੀ ਪਿਆਰੀ ਚਾਹੀਦੇ। ਹਾਂਜੀ। ਅਤੇ ਉਹ ਕਹਿੰਦੇ ਆ ਚਰਨਜੀਤ ਪੁੰਨੂ ਜੀ, ਕਹਿੰਦੇ ਪੱਥਰਾਂ ਦੇ ਇਸ ਬਲਗਨ ਅੰਦਰ ਫੁੱਲਾਂ ਵਰਗੇ ਵੱਸਦੇ ਲੋਕ। ਵਾਹ ਜੀ ਵਾਹ, ਪੱਥਰਾਂ ਦੇ ਵਿੱਚ। ਹਾਂਜੀ, ਪੱਥਰਾਂ ਦੇ ਇਸ ਬਲਗਨ ਅੰਦਰ ਫੁੱਲਾਂ ਵਰਗੇ ਵੱਸਦੇ ਲੋਕ, ਅੰਦਰੋਂ ਗਮ ਦੁੱਖਾਂ ਦੇ ਖਾਤੇ, ਉਪਰੋਂ ਉਪਰੋਂ ਹੱਸਦੇ ਲੋਕ। ਕਹਿੰਦੇ ਅੰਦਰੋਂ ਗਮ ਦੁੱਖਾਂ ਦੇ ਖਾਧੇ, ਉਪਰੋਂ ਉਪਰੋਂ ਹੱਸਦੇ ਲੋਕ। ਉਪਰੋਂ ਉਪਰੋਂ ਹੱਸਦੇ ਲੋਕ। ਹਾਂਜੀ, ਉਪਰੋਂ ਉਪਰੋਂ ਹੱਸਦੇ ਲੋਕ। ਹਾਂਜੀ ਹਾਂਜੀ ਹਾਂਜੀ, ਬਿਲਕੁਲ। ਦੌੜ ਭੱਜ ਸੜਕਾਂ ਤੇ ਡਾਢੀ, ਵਗਦੇ ਰਹਿੰਦੇ ਸਾਰਾ ਦਿਨ। ਜ਼ਿੰਦਗੀ ਸਭ ਤੋਂ ਬੜੀ ਹੈ ਇੱਥੇ, ਜੀਵ ਦਬਾ ਕੇ ਦੱਸਦੇ ਲੋਕ। ਬਿਲਕੁਲ। ਨਾਤੇ ਨਾਤੇ ਧੋਤੇ ਉਪਰੋਂ ਇਹ ਗੋਰੇ, ਅੰਦਰੋਂ ਲਿਪੜੇ ਕਾਲ ਖਲੋਤੇ। ਖਿਚੜੀ ਕਲਚਰ ਗਾਰੇ ਵਿੱਚੋਂ ਕਮਰ ਜਿਹੇ ਜੋ ਬਚਦੇ ਲੋਕ। ਸੋਨੇ ਦੇ ਪਿੰਜਰੇ ਵਿੱਚ ਮੈਂ ਨਾ ਫਸ ਗਈ ਚੋਗੇ ਚੁੜੀਆਂ ਖਾਤਰ। ਫੜ ਫੜਾਏ ਉੱਡਣ ਤੋਂ ਅਤਰ, ਨਾ ਪਿੰਜਰਾ ਨਾ ਛੱਡਦੇ ਲੋਕ। ਮਨੋਰੰਜਨ ਦੀ ਫੁਰਸਤ ਕਿਸ ਨੂੰ, ਸਿਰ ਖੁਰਕਣ ਦੀ ਵਿਹਲ ਨਹੀਂ। ਮਸ਼ਹੂਰ ਦਿਮਾਗ ਖੁਸਕੀ ਖਾਧੇ, ਰਮੈਣੀ ਮਲਮਾ ਝੱਸਦੇ ਲੋਕ, ਚੜ੍ਹਦੇ ਲੋਕ ਜੀ। ਡਾਲਰ ਮਿਰਗ ਤ੍ਰਿਸ਼ਨਾ ਪਿੱਛੇ, ਪਿਆਸੇ ਪੰਛੀ ਖਿੱਚੇ ਆਉਂਦੇ। ਮਿੱਠੀ ਕੈਦ ਵਿੱਚ ਪਛਤਾਉਂਦੇ ਐਪਰ, ਹੋਰ ਵੀ ਆ ਫਸਦੇ ਲੋਕ। ਬਿਲਕੁਲ। ਜਦੋਂ ਅਸੀਂ ਪਾਉਣ ਤੇ ਡਾਲਰਾਂ ਮਗਰ ਭੱਜਦੇ ਹਾਂ ਨਾ, ਫਿਰ ਮਿੱਠੀ ਕੈਦ ਵਿੱਚ ਹੀ ਫਸਦੇ ਹਾਂ। ਫਿਰ ਹਰ ਇੱਕ ਚਾਹੁੰਦਾ ਆ ਇੱਥੇ ਆਉਣਾ। ਹਾਂਜੀ। ਘਰ ਦੀ ਰਾਖੀ ਕਰਦੇ ਸੈਂਸਰ, ਚੋਰ ਆਵੇ ਤਾਂ ਟੌਂ ਟੌਂ ਭੌਂਕਣ। ਦਿਲ ਦਾ ਚੋਰ ਤੇ ਘਰ ਦਾ ਭੇਤੀ, ਸੈਂਸਰ ਤੋਂ ਪਾਸਾ ਵੱਟਦੇ ਲੋਕ। ਬਿਲਕੁਲ। ਨੱਕੋ ਨੱਕੀ ਕਰਜੇ ਵਿੱਚ ਡੁੱਬੇ, ਸਾਰਾ ਤੇ ਮੁਰੱਬੇ ਮਹੱਲਾ ਵਾਲੇ। ਕਿਸ਼ਤ ਟੁੱਟੀ ਤੇ ਕੁਰਕੀ ਹੁੰਦੀ, ਵਕੀਲਾਂ ਪਿੱਛੇ ਭੱਜਦੇ ਨੋਲ। ਬਿਲਕੁਲ। ਹਾਂਜੀ, ਕਹਿੰਦਾ ਕਿਸ ਨੱਕੋ ਨੱਕੀ ਕਰਜੇ ਚ ਡੁੱਬੇ ਆ। ਹਾਂਜੀ ਹਾਂਜੀ। ਤੇ ਜਦੋਂ ਵੀ ਕਿਸ਼ਤ ਟੁੱਟ ਜਾਂਦੀ ਆ ਤੇ ਕੁਰਕੀ ਹੁੰਦੀ, ਤਾਂ ਵਕੀਲਾਂ ਪਿੱਛੇ ਨੱਸਦੇ ਲੋਕ। ਹਾਂਜੀ ਹਾਂਜੀ। ਤੇ ਆਖਰੀ ਦੋ ਲੈਣਾ ਵੀਰ ਜੀ। ਹਾਂ। ਪੌਣ 84 ਗੇੜ ਚੋਂ ਕੋਈ ਪੁੰਨੂ ਵਰਗਾ ਬਚ ਨਿਕਲੀ। ਹਾਂ। ਬਿਜਲੀ ਪਾਣੀ ਬਿੱਲ ਅਨੇਕਾਂ, ਨਿਤ ਦਿਨ ਫਨੀਅਰ ਡੱਸਦੇ ਲੋਕ। ਬਿਲਕੁਲ। ਹਾਂਜੀ, ਤੇ ਇਹ ਉਹਨਾਂ ਦੀਆਂ ਲਾਈਨਾਂ ਸੀਗੀਆਂ, ਮੈਨੂੰ ਸੋਹਣੀਆਂ ਲੱਗੀਆਂ। ਮੈਂ ਕਿਹਾ ਅੱਜ ਕੱਲ ਜੋ ਹੁੰਦਾ ਆ ਉਹੀ ਉਹਨੀ ਬਿਆਨ ਕੀਤਾ ਆ। ਬਹੁਤ ਸਹੀ ਬਿਆਨ ਕੀਤਾ। ਹਾਂਜੀ, ਤੇ ਸਾਰਿਆਂ ਦੇ ਮੈਂ ਕਿਹਾ ਚਲੋ ਰੂਬਰੂ ਕਰ ਦਿੰਦੇ ਆ, ਤਾਂ ਥੈਂਕ ਯੂ ਵੀਰ ਜੀ ਟਾਈਮ ਦੇਣ ਦਾ। ਜਿੰਨੇ ਵੀ ਆਉਣ ਵਾਲੇ ਆ ਚੁੱਪ ਕਰਕੇ ਸੁਣਦੇ ਆ, ਸਾਰਿਆਂ ਨੂੰ ਪਿਆਰੀ ਪਿਆਰੀ ਮਿੱਠੀ ਮਿੱਠੀ ਜੈ ਗੁਰਦੇਵ। ਧੰਨ ਗੁਰਦੇਵ, ਧੰਨ ਗੁਰਦੇਵ। ਇਹ ਸਾਡੀ ਭੈਣ ਆਸ਼ਾ ਮੱਲ ਜੀ, ਜਿਨ੍ਹਾਂ ਨੇ ਬਹੁਤ ਵਧੀਆ ਗਜ਼ਲ ਸੁਣਾਈ ਹੈ। ਇਹ ਸੱਚੀ ਬਾਤ ਹੈ ਕਿ ਆਪਾਂ ਜੋ ਕੁਛ ਵੀ ਕਰਦੇ ਹਾਂ, ਉੱਪਰੋਂ ਉੱਪਰੋਂ ਹੱਸਦੇ ਹਾਂ, ਅੰਦਰੋਂ ਕਈ ਵਾਰੀ ਅਸੀਂ ਜਿਹੜਾ ਆ ਆਪਣੇ ਦੁੱਖ ਜਿਹੜੇ ਦਰਦ ਆ ਉਹਨੂੰ ਲੁਕੋ ਲੈਂਦੇ ਹਾਂ, ਅਤੇ ਸਾਰੀ ਇਸ ਤਰ੍ਹਾਂ ਦੀ ਬਾਤ ਜਿਹੜੀ ਆ ਉਹ ਚੱਲਦੀ ਰਹਿੰਦੀ ਆ।
ਅਤੇ ਜ਼ਿੰਦਗੀ ਦੀ ਅਸਲੀਅਤ ਇਹ ਹੈ ਕਿ ਸਾਨੂੰ ਦੁੱਖ ਵੀ ਆ, ਗਮ ਵੀ ਆ, ਤਕਲੀਫਾਂ ਵੀ ਆ, ਪਰ ਅਸੀਂ ਇਹਨਾਂ ਨੂੰ ਕਵਰ ਕਰਨ ਵਾਸਤੇ ਜਾਂ ਇਹਨਾਂ ਨੂੰ ਤੋਂ ਛੁਟਕਾਰਾ ਪਾਉਣ ਲਈ ਕੋਸ਼ਿਸ਼ ਕਰਦੇ ਹਾਂ ਕਿ ਵਧੀਆ ਤੋਂ ਵਧੀਆ ਆਪਾਂ ਕਿਸੇ ਦੇ ਨਾਲ ਆਪਣੀ ਜ਼ਿੰਦਗੀ ਨੂੰ ਸੁਧਾਰ ਸਕੀਏ ਜਾਂ ਬਦਲਾ ਸਕੀਏ। ਅਤੇ ਜਿਸ ਤਰ੍ਹਾਂ ਉਹਨੇ ਕਿਹਾ ਕਿ ਆਹ ਧਰਮ ਲਹਿਰ ਇੱਕ ਬਹੁਤ ਵੱਡੀ ਸਾਡੇ ਲਈ ਇੱਕ ਐਸੀ ਅਦਾਰਾ ਸੀ ਜਿਹਨੂੰ ਆਪਾਂ ਪੂਰਾ ਉਹਦਾ ਫਾਇਦਾ ਨਹੀਂ ਉਠਾ ਸਕੇ। ਜੀ ਆਨੋ ਜੀ, ਜੈ ਗੁਰਦੇਵ। ਹਾਂਜੀ ਪੰਗੜ ਸਾਹਿਬ, ਤੁਹਾਨੂੰ, ਤੁਹਾਡੇ ਸਟਾਫ ਨੂੰ, ਖਾਸ ਕਰਕੇ ਭਾਈ ਮੋਮੀ ਸਾਹਿਬ ਨੂੰ ਜਿਹੜੇ ਸੋਹਣੇ ਸੋਹਣੇ ਪ੍ਰੋਗਰਾਮ ਉਲੀਕਦੇ ਨੇ, ਅਤੇ ਤੁਹਾਡੇ ਸਾਰੇ ਦਰਸ਼ਕਾਂ ਨੂੰ ਪੀਟਰਬਰ ਤੋਂ ਗੁਰਦੇਵ ਸਿੰਘ ਭੋਗਲ ਵੱਲੋਂ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਭੋਗਲ ਸਾਹਿਬ ਜੀ, ਆਇਆਂ ਨੂੰ ਜੀ। ਜੀ ਬਹੁਤ ਧੰਨਵਾਦ ਬੰਗੜ ਸਾਹਿਬ, ਪ੍ਰੋਗਰਾਮ ਸਾਰੇ ਡਿਫਰੈਂਟ, ਸਾਰੇ ਸੋਹਣੇ ਹੁੰਦੇ ਨੇ, ਕੋਈ ਸ਼ੱਕ ਨਹੀਂ। ਮੈਂ, ਮੇਰੇ ਕੋਲ ਰਿਹਾ ਨਹੀਂ ਜਾਂਦਾ, ਮੈਂ ਹਮੇਸ਼ਾ ਕਹਿੰਦਾ ਪ੍ਰੋਗਰਾਮ ਬਹੁਤ ਸੋਹਣੇ ਹੁੰਦੇ ਨੇ। ਹਾਂਜੀ ਹਾਂ, ਡਿਫਰੈਂਟ ਪ੍ਰੋਗਰਾਮ ਹੁੰਦੇ ਨੇ ਬਿਲਕੁਲ, ਪਰ ਕਵੀ ਦਰਬਾਰ ਆਪਣੇ ਆਪ 'ਚ ਇੱਕ ਨਿਵੇਕ। ਅੱਜ ਕਵੀ ਦਰਬਾਰ ਵਾ, ਕੱਲ੍ਹ ਨੂੰ ਵੀ ਇਹੋ ਇੱਦਾਂ ਦਾ ਹੀ ਹੁੰਦਾ ਤਕਰੀਬਨ। ਹਾਂਜੀ, ਬਹੁਤ ਸੋਹਣੇ ਪ੍ਰੋਗਰਾਮ ਹੁੰਦੇ ਇਹ 'ਚ, ਦੋ ਕੋਈ ਦੋ ਰਾਮਾ ਨਹੀਂ ਹੈ। ਹਾਂ, ਅਤੇ ਅੱਜ ਕਵੀ ਦਰਬਾਰ ਦੇ ਵਿੱਚ ਆਪਣੇ ਬੰਗੜ ਸਾਹਿਬ, ਤੁਸੀਂ, ਤੁਹਾਨੂੰ ਚੇਤਾ ਹੋਣਾ ਪਿਛਲੇ ਹਫ਼ਤੇ ਮੈਂ ਕਵਿਤਾ ਪੜ੍ਹੀ ਸੀ ਵੀ, ਕਿਉਂਕਿ ਬਸੰਤ ਰੁੱਤ ਆ ਗਈ, ਹੁਣ ਸਪਰਿੰਗ ਸਮਰ ਆ ਗਈ ਆ, ਗਾਰਡਨ ਦੇ ਵਿੱਚ ਫੁੱਲ ਬਹੁਤ ਹੋਏ ਨੇ। ਹਾਂਜੀ, ਪਿਛਲੇ ਹਫ਼ਤੇ ਮੇਰਾ ਮਤਲਬ ਫੁੱਲਾਂ 'ਤੇ, ਮੈਂ ਫੁੱਲਾਂ 'ਤੇ ਕਵਿਤਾ ਪੜ੍ਹੀ ਸੀਗੀ। ਹਾਂਜੀ, ਅਤੇ ਅੱਜ ਮੈਂ ਪੜ੍ਹਾਂਗਾ ਵੀ, ਮੈਂ ਗਰਮੀਆਂ ਦੇ ਵਿੱਚ ਇੱਕ ਵਾਰੀ 6:30 ਵਜੇ ਉੱਠ ਖੜਿਆ, ਕਈਆਂ ਸਾਲਾਂ ਦੀ ਗੱਲ ਹੈ, ਉੱਠ ਕੇ ਬਾਹਰ ਬਹਿ ਗਿਆ ਬੈਂਚ 'ਤੇ, ਮੈਂ ਫਿਰ ਗਾਰਡਨ ਦੇ ਵਿੱਚ ਆਪਣੇ ਜੋ ਕੁਛ ਦੇਖਿਆ ਉਹਦੇ ਫਿਰ ਮੈਂ ਕਵਿਤਾ ਲਿਖੀ ਸੀਗੀ। ਕਿਆ ਬਾਤ ਹੈ, ਅਤੇ ਇਹਦਾ ਫਿਰ ਮੈਂ ਨਾਮ ਵੀ ਉਹੀ ਰੱਖਿਆ ਵੀ ਸਰਗੀ ਵੇਲੇ ਦਾ ਨਜ਼ਾਰਾ। ਹਾਂ, ਸਰਗੀ ਦਾ ਨਜ਼ਾਰਾ, ਸਰਗੀ ਵੇਲਾ ਜਿਹੜੀ ਸੂਰਜ ਚੜ੍ਹਨ ਤੋਂ ਪਹਿਲਾਂ ਦਾ। ਹਾਂਜੀ ਹਾਂਜੀ, ਸਰਗੀ ਵੇਲੇ ਦਾ ਨਜ਼ਾਰਾ। ਸਰਗੀ, ਹਾਂਜੀ, ਓਕੇ, ਵੇਲੇ ਦਾ ਨਜ਼ਾਰਾ ਮੈਂ ਨਾਂ ਰੱਖਿਆ ਇਹਦਾ। ਹਾਂਜੀ, ਬੰਗੜ ਸਾਹਿਬ ਲਿਖਿਆ ਵੀ, ਮੈਂ ਸੁਬਹਾ ਸਵੇਰੇ ਬਾਹਰ ਬਗੀਚੇ ਅੰਦਰ, ਮੈਂ ਸੁਬਹਾ ਸਵੇਰੇ ਬਾਹਰ ਬਗੀਚੇ ਅੰਦਰ ਨਿਤ ਅਦਭੁਤ ਇੱਕ ਨਜ਼ਾਰਾ ਵੇਖਾਂ, ਛੱਡ ਕੇ ਕੁਝ ਕੁ ਜੀ ਜੰਤੂਆਂ ਜਗ ਸੁੱਤਾ ਬਾਕੀ ਸਾਰਾ ਵੇਖਾਂ। ਵਾਹ ਜੀ ਵਾਹ, ਐਨ ਸ਼ਾਂਤੀ ਸੀ ਸਾਰੇ ਪਾਸੇ, 6:00 6:30। ਹਾਂ, ਮੈਂ ਸੁਬਹਾ ਸਵੇਰੇ ਬਾਹਰ ਬਗੀਚੇ ਅੰਦਰ ਨਿਤ ਅਦਭੁਤ ਇੱਕ ਨਜ਼ਾਰਾ ਵੇਖਾਂ, ਛੱਡ ਕੇ ਕੁਝ ਕੁ ਜੀ ਜੰਤੂਆਂ ਜਗ ਸੁੱਤਾ ਬਾਕੀ ਸਾਰਾ ਵੇਖਾਂ, ਇਸ ਸ਼ਾਂਤਮਈ ਖਾਮੋਸ਼ੀ ਨੂੰ ਮੈਂ, ਇਸ ਸ਼ਾਂਤਮਈ ਖਾਮੋਸ਼ੀ ਨੂੰ ਮੈਂ ਜੀ ਭਰ ਕੇ ਵੇਖਾਂ, ਤੇ ਅੰਦਰੋਂ ਅੰਦਰੀ ਲੁੱਟਾਂ ਮਾਣਾ, ਰੁੱਖਾਂ ਤੇ ਪੰਛੀ ਕਰਨ ਇਬਾਦਤ, ਹਰ ਇੱਕ ਦਾ ਵੱਖਰਾ ਗੀਤ ਤੇ ਗਾਣਾ। ਬੰਗੜਾ ਸਾਹਿਬ, ਰੁੱਖਾਂ ਤੇ ਪੰਛੀ ਕਰਨ ਇਬਾਦਤ, ਹਰ ਇੱਕ ਦਾ ਵੱਖਰਾ ਗੀਤ ਤੇ ਗਾਣਾ, ਯਾਰੋ ਹਰ ਇੱਕ ਦਾ ਵੱਖਰਾ ਗੀਤ ਤੇ ਗਾਣਾ। ਵਾਹ ਜੀ ਵਾਹ, ਕਿਉਂਕਿ ਮੇਰੇ ਗਾਰਡਨ 'ਚ ਵੀ ਨੇ 10 ਬੰਗੜ ਸਾਹਿਬ, 10 ਦਰਖਤ ਸੀਗੇ, 4 ਵਧਾ ਦਿੱਤੇ, 6 ਹਜੇ ਵੀ ਹੈਗੇ ਨੇ। ਹਾਂਜੀ ਹਾਂਜੀ, ਸਵੇਰ ਨੂੰ ਹੁੰਦਾ ਹੀ ਬਹੁਤ ਵਧੀਆ ਆ, ਕੁੱਤੀਆਂ ਕਬੂਤਰ ਬਹਿੰਦੇ ਨੇ, ਨਜ਼ਾਰਾ ਆ ਜਾਂਦਾ ਦੇਖਣ ਦਾ। ਹਾਂਜੀ ਹਾਂਜੀ, ਅੱਗੇ ਲਿਖਿਆ ਵੀ, ਮੂੰਹੋਂ ਆਪ ਮੁਹਾਰੇ ਵਾਹ ਵਾਹ ਨਿਕਲੇ, ਆਹਾ, ਮੂੰਹੋਂ ਆਪ ਮੁਹਾਰੇ ਵਾਹ ਵਾਹ ਨਿਕਲੇ, ਮਨ ਮੋਹਕ ਸ਼ੀਤਲ ਵਗਣ ਹਵਾਵਾਂ, ਕਰਤੇ ਦੀ ਗੱਤ ਕਿਰਤ ਨਾ ਜਾਣੇ, ਮੈਂ ਤਾਂਹੀਓ ਉਸ ਨੂੰ ਸੀਸ ਝੁਕਾਵਾਂ। ਕਿਆ ਬਾਤ ਹੈ, ਬਹੁਤ ਸ਼ੁਕਰੀਆ ਬੰਗੜ ਸਾਹਿਬ। ਮੂੰਹੋਂ ਆਪ ਮੁਹਾਰੇ ਵਾਹ ਵਾਹ ਨਿਕਲੇ, ਮਨ ਮੋਹਕ ਸ਼ੀਤਲ ਵਗਣ ਹਵਾਵਾਂ, ਕਰਤੇ ਦੀ ਗੱਤ ਕਰਤਾ ਜਾਣੇ, ਕਰਤੇ ਦੀ
ਕਰਤੇ ਦੀ ਗੱਤ ਕਿਰਤ ਨਾ ਜਾਣੇ, ਮੈਂ ਤਾਂ ਹੀ ਉਸ ਨੂੰ ਸੀਸ ਝੁਕਾਵਾਂ ਬਈ ਕਿਤੇ ਗੁਟਕੂ ਗੁਟਕੂ ਕਰਨ ਕਬੂਤਰ। ਹਾਂ ਕਿਤੇ ਗੁਟ ਬਾਬਾ ਗੁਟਕੂ, ਜੀ ਜੀ ਉਹਨਾਂ ਦੀ ਬੋਲੀ ਆ ਨਾ ਜੀ। ਹਾਂਜੀ ਹਾਂਜੀ ਹਾਂਜੀ, ਗੁਟਕੂ ਗੁਟਕੂ ਕਰਨ ਕਬੂਤਰ, ਕਿਤੇ ਘੁੱਗੀਆਂ ਘੁੱਗੂ ਘੂ, ਕਿਤੇ ਰੰਗ ਬਿਰੰਗੀਆਂ ਚਿੜੀਆਂ ਚਹਿਕਣ, ਆਖਣ ਦਾਤਾ ਤੂੰ ਹੀ ਤੂੰ ਬੰਗੜ ਸਾਹਿਬ, ਆਖਣ ਦਾਤਾ ਤੂੰ ਹੀ ਤੂੰ ਚਿੜੀਆਂ ਚਹਿਕਣ, ਆਖਣ ਦਾਤਾ ਤੂੰ ਹੀ ਤੂੰ ਯਾਰੋ, ਆਖਣ ਦਾਤਾ ਤੂੰ ਹੀ ਤੂੰ, ਹੈ ਉਹੀ ਆ ਜੀ ਬਿਲਕੁਲ। ਬਈ ਕਿਤੇ ਕਿਤੇ ਮੁਗਧ ਹੋਈਆਂ ਉਡਣ ਭੰਭੀਰੀਆਂ, ਹਾਂ ਕਿਤੇ ਮੁਗਧ ਹੋਈਆਂ ਉਡਣ ਭੰਭੀਰੀਆਂ, ਮਾਨੋ ਮਸਤੀ ਅੰਮ੍ਰਿਤ ਵੇਲੇ ਦੀ, ਕਈ ਫੁੱਲਾਂ ਉੱਤੇ ਲਾ ਸਮਾਧੀ, ਕਰਦੇ ਬੰਦਗੀ ਸੱਜਣ ਸੁਹੇਲੇ ਦੀ। ਹਾਂ ਕਿਤੇ ਮੁਗਧ ਹੋਈਆਂ ਉਡਣ ਭੰਭੀਰੀਆਂ, ਮਾਨੋ ਮਸਤੀ ਅੰਮ੍ਰਿਤ ਵੇਲੇ ਦੀ, ਕਈ ਫੁੱਲਾਂ ਉੱਤੇ ਲਾ ਸਮਾਧੀ, ਕਰਦੇ ਬੰਦਗੀ ਸੱਜਣ ਸੁਹੇਲੇ ਦੀ। ਬਈ ਕਿਤੇ ਨਸ਼ਿਆਏ ਭੌਰੇ ਭੰਗੜੇ ਪਾਉਂਦੇ, ਬਹੁਤ ਸ਼ੁਕਰੀਆ, ਕਿਤੇ ਨਸ਼ਿਆਏ ਭੌਰੇ ਭੰਗੜੇ ਪਾਉਂਦੇ, ਕਿਤੇ ਗੂੰਜ ਕੀਟ ਪਤੰਗਿਆਂ ਦੀ, ਕਿਤੇ ਕਿਤੇ ਮਿੱਠੀਆਂ ਮਹਿਕਾਂ ਲੈਣ ਤਿਤਲੀਆਂ, ਫੁੱਲਾਂ ਰੰਗ ਬਿਰੰਗਿਆਂ ਦੀ, ਬੰਗੜ ਸਾਹਿਬ ਕਿਤੇ ਮਿੱਠੀਆਂ ਮਹਿਕਾਂ ਲੈਣ ਤਿਤਲੀਆਂ, ਫੁੱਲਾਂ ਰੰਗ ਬਿਰੰਗਿਆਂ ਦੀ ਯਾਰੋ, ਫੁੱਲਾਂ ਰੰਗ ਬਿਰੰਗਿਆਂ ਦੀ। ਬਈ ਕਿਤੇ ਮਸਤੀ ਅੰਦਰ ਮੱਧ ਮੱਖੀਆਂ, ਕਿਤੇ ਮਸਤੀ ਅੰਦਰ ਮੱਧ ਮੱਖੀਆਂ, ਫੁੱਲਾਂ ਦਾ ਰਸ ਚੂਸਣ ਚੱਖਣ, ਕਿਤੇ ਉਡਣ ਖਟੋਲਿਆਂ ਵਰਗੇ ਜੰਤੂ, ਵਾਹ ਵਾਹ ਉੱਚ ਉਡਾਰੀਆਂ ਛੱਡਣ, ਵਾਹ ਜੀ ਵਾਹ। ਕਿਤੇ ਮਸਤੀ ਅੰਦਰ ਮੱਧ ਮੱਖੀਆਂ, ਫੁੱਲਾਂ ਦਾ ਰਸ ਚੂਸਣ ਚੱਖਣ, ਕਿਤੇ ਉਡਣ ਖਟੋਲਿਆਂ ਵਰਗੇ ਜੰਤੂ, ਵਾਹ ਵਾਹ ਉੱਚ ਉਡਾਰੀਆਂ ਛੱਡਣ। ਬਈ ਕਦੇ ਕਦਾਈ ਆ ਕਾਲੇ ਕਾਂ ਵੀ, ਕਦੇ ਕਦਾਈ ਆ ਕਾਲੇ ਕਾਂ ਵੀ, ਰੁੱਖੀ ਖਰ ਵੀ ਕਾਂ ਕਾਂ ਲਾਉਣ, ਕਿਤੇ ਭੀ ਭੀ ਕਰਕੇ ਭੂੰਡ ਵਿਚਾਰੇ, ਕੋਈ ਗੀਤ ਅਲਾਹੀ ਗਾਉਣ। ਬਿਲਕੁਲ, ਕਦੇ ਕਦਾਈ ਆ ਕਾਲੇ ਕਾਂ ਵੀ, ਰੁੱਖੀ ਖਰ ਵੀ ਕਾਂ ਕਾਂ ਲਾਉਣ, ਕਿਤੇ ਭੀ ਭੀ ਕਰਕੇ ਭੂੰਡ ਵਿਚਾਰੇ, ਕੋਈ ਗੀਤ ਅਲਾਹੀ ਗਾਉਣ। ਬਈ ਜਿਹੜੇ ਜਿਹੜੇ ਪਾ ਦਾਤਾਂ ਦਾ, ਜਿਹੜੇ ਪਾ ਦਾਤਾਂ ਦਾਤਾ ਭੁੱਲਣ ਭੋਗਲ, ਦੋ ਲਾਈਨਾਂ ਨੇ ਬੰਗੜ ਸਾਹਿਬ। ਹਾਂਜੀ, ਜਿਹੜੇ ਪਾ ਦਾਤਾਂ ਦਾਤਾ ਭੁੱਲਣ ਭੋਗਲ, ਉਹ ਪ੍ਰਾਣੀ ਕਿਸੇ ਮੁੱਲ ਦੇ ਨਹੀਂ, ਪੁਰਸ਼ਾਂ ਨਾਲੋਂ ਪਸ਼ੂ ਪੰਖੇਰੂ ਚੰਗੇ, ਜਿਹੜੇ ਮਾਲਕ ਨੂੰ ਕਦੇ ਭੁੱਲਦੇ ਨਹੀਂ। ਵਾਹ ਜੀ ਵਾਹ, ਬਾਕੀ ਪਸ਼ੂ ਪੰਖੇਰੇ ਚੰਗੇ ਆ ਸਾਡੇ ਨਾਲ, ਦਾਤਾ ਭੁੱਲਣ ਭੋਗਲ, ਹਾਂ ਉਹ ਪ੍ਰਾਣੀ ਕਿਸੇ ਮੁੱਲ ਦੇ ਨਹੀਂ, ਪੁਰਸ਼ਾਂ ਨਾਲੋਂ ਪਸ਼ੂ ਪੰਖੇਰੂ ਚੰਗੇ, ਜਿਹੜੇ ਮਾਲਕ ਨੂੰ ਕਦੇ ਭੁੱਲਦੇ ਨਹੀਂ। ਬੰਗੜ ਸਾਹਿਬ ਸੱਚ ਹੈ, ਚਿੱਟੇ ਦਿਨ ਵਰਗਾ ਮੰਨ ਕੇ ਚੱਲਣਾ ਪੈਣਾ, ਪੁਰਸ਼ਾਂ ਨਾਲੋਂ ਪਸ਼ੂ ਪੰਖੇਰੂ ਚੰਗੇ, ਜਿਹੜੇ ਮਾਲਕ ਨੂੰ ਕਦੇ ਭੁੱਲਦੇ ਨਹੀਂ। ਯਾਰੋ ਜਿਹੜੇ ਮਾਲਕ ਨੂੰ ਕਦੇ ਭੁੱਲਦੇ ਨਹੀਂ, ਬਈ ਜਿਹੜੇ ਮਾਲਕ ਨੂੰ ਕਦੇ ਭੁੱਲਦੇ ਨਹੀਂ। ਬਿਲਕੁਲ ਸਹੀ ਗੱਲ। ਇਹ ਬੰਗੜ ਸਾਹਿਬ, ਮੈਂ ਬਾਗ ਚ ਬਹਿ ਕੇ ਗਾਰਡਨ ਦੇ ਵਿੱਚ ਜਦੋਂ ਆਹ ਨਜ਼ਾਰਾ ਦੇਖਿਆ ਨਾ, ਜਿੰਨੀਆਂ ਨੌ ਦੇਖੀ, ਜਿੰਨੇ ਮੈਨੂੰ ਭੰਬੀਰੀਆਂ ਉਹਨਾਂ ਕਟੋਲੀਆਂ ਵਰਗੇ, ਉਹ ਸਾਰੇ ਫਿਰ ਮੈਂ ਉਦੋਂ ਉਦੋਂ ਫਿਰ ਸ਼ਾਮ ਤੱਕ ਮੈਂ ਕਵਿਤਾ ਲਿਖ ਦਿੱਤੀ ਸੀਗੀ। ਬਿਲਕੁਲ ਬਿਲਕੁਲ, ਜੋ ਕੁਛ ਮੈਂ ਦੇਖਿਆ, ਮੈਂ ਨਜ਼ਾਰਾ ਆ ਗਿਆ, ਮੈਂ ਨਾ ਤਾਂ ਹੀ ਇਹ ਨਾਂ ਰੱਖਿਆ ਅਤੇ ਸਰਗੀ ਵੇਲੇ ਦਾ ਨਜ਼ਾਰਾ। ਸਰਗੀ ਵੇਲੇ ਦਾ ਨਜ਼ਾਰਾ, ਵਾਹ ਜੀ ਵਾਹ। ਹਾਂਜੀ, ਇੱਕ ਵਜੇ ਸਾਢੇ ਛੇ ਵਜੇ, ਹਾਂ ਸਾਰੇ ਚੁੱਪ ਚਾਪ ਸੀਗੀ ਅਤੇ ਗਰਮੀਆਂ ਸੀ ਜਨਮ, ਮਤਲਬ
ਮੈਂ ਬਿਲਕੁਲ ਬਾਹਰ ਬੈਂਚ 'ਤੇ ਬੈਠ ਮੈਂ ਦੇਖਿਆ, ਮੈਂ ਕਿਹਾ ਵਾਹ ਵਾਹ ਸੱਚੇ ਪਾਤਸ਼ਾਹ ਮਿਹਰ ਕਰੀ। ਬਿਲਕੁਲ ਕਵਿਤਾ ਤਾਂ ਤੁਹਾਨੂੰ ਪਤਾ, ਤੁਸੀਂ ਆਪ ਕਵੀ ਹੋ, ਮੱਲੋ ਮੱਲੀ ਨਿਕਲਦੀ ਅੰਦਰੋਂ। ਫਿਰ ਤੁਸੀਂ ਦੇਖੋ ਕਾਦਰ ਦੀ ਜਿਹੜੀ ਹੈ ਨਾ ਆਹ ਫਲਵਾੜੀ ਆ, ਉਹਨੇ ਕਿਸ ਤਰ੍ਹਾਂ ਸਜਾਈ ਆ। ਹਾਂ ਦੇਖੋ ਤੁਸੀਂ, ਹਾਂ ਇਹ ਸ਼ਾਇਰ ਨੂੰ ਪਤਾ ਹੈ, ਉਹ ਤਾਂ ਹੀ ਫਿਰ ਲਿਖ ਕੇ ਕਹਿੰਦਾ ਤੁਹਾਡੇ ਵਰਗੀਆਂ ਬਾਤਾਂ ਕਰਦਾ। ਵਾਹ ਜੀ ਵਾਹ, ਥੈਂਕ ਯੂ ਭੋਗਲ ਸਾਹਿਬ, ਬਹੁਤ ਧੰਨਵਾਦ, ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਇਹ ਸੀ ਸਾਡੇ ਸ਼ਾਇਰ ਗੁਰਦੇਵ ਸਿੰਘ ਭੋਗਲ ਜੀ ਪੀਟਾਪੁਰਾ ਤੋਂ, ਜਿਹੜੇ ਕਿ ਆਪਣੀਆਂ ਕਵਿਤਾਵਾਂ ਆਪਣੀ ਰਚਨਾਵਾਂ ਬੜੇ ਪਿਆਰ ਨਾਲ ਲਿਖ ਕੇ ਦੁਨੀਆਂ ਨੂੰ ਸੁਣਾਉਂਦੇ ਆ, ਔਰ ਸਾਡੇ ਕਵੀ ਦਰਬਾਰ ਦੇ ਵਿੱਚ ਵੀ ਹਿੱਸਾ ਪਾਉਂਦੇ ਆ। ਜੀ ਆਇਆਂ ਨੂੰ ਜੀ ਜੈ ਗੁਰਦੇਵ, ਜੈ ਗੁਰਦੇਵ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਬਿੰਦਰਾ ਸਾਹਿਬ, ਜੀ ਆਇਆਂ ਨੂੰ ਜੀ। ਮੇਰੀ ਆਵਾਜ਼ ਥੋੜ੍ਹੀ ਠੀਕ ਨਹੀਂ, ਪਰ ਫਿਰ ਮੈਂ ਕੋਸ਼ਿਸ਼ ਕਰਾਂਗਾ ਇਹਨੂੰ ਤੁਹਾਨੂੰ ਗਾ ਕੇ ਸੁਣਾਵਾਂ। ਹਾਂਜੀ, ਭੁੱਲੀ ਬਿਸਤੀ ਯਾਦਾਂ ਦਾ ਇੱਕ ਖਿਆਲ ਹੈ, ਆਹਾ ਇੱਕ ਗਜ਼ਲ ਹੈ ਪੰਜਾਬੀ ਦੇ ਵਿੱਚ, ਦੂਰ ਜਾ ਕੇ ਮੇਰੇ ਤੋਂ ਪਛਤਾਉਂਦਾ ਤੋਂ ਵੀ ਹੋਵੇਗਾ, ਜ਼ਿੰਦਗੀ ਦੀ ਤਨਹਾਈ ਤੋਂ ਘਬਰਾਉਂਦਾ ਤੋਂ ਵੀ ਹੋਵੇਗਾ, ਹਾਂ ਦੂਰ ਜਾ ਕੇ ਮੇਰੇ ਤੋਂ ਪਛਤਾਉਂਦਾ ਤੋਂ ਵੀ ਹੋਵੇਗਾ, ਜ਼ਿੰਦਗੀ ਦੀ ਤਨਹਾਈ ਤੋਂ ਘਬਰਾਉਂਦਾ ਤੋਂ ਵੀ ਹੋਵੇਗਾ, ਹਾਂ ਲੰਘਦਾ ਹੋਵੇਗਾ ਜਦ ਕਦੇ ਗਲੀ ਮੇਰੀ ਦੇ ਮੋੜ ਤੋਂ, ਲੰਘਦਾ ਹੋਵੇਗਾ ਜਦ ਕਦੇ ਗਲੀ ਮੇਰੀ ਦੇ ਮੋੜ ਤੋਂ, ਆਦਤ ਨਹੀਂ ਫੇਰ ਸਿਰ ਝੁਕਾਉਂਦਾ ਤੋਂ ਹੋਵੇਗਾ, ਆਦਤ ਨਹੀਂ ਫੇਰ ਸਿਰ ਝੁਕਾਉਂਦਾ ਤੋਂ ਹੋਵੇਗਾ, ਦੂਰ ਜਾ ਕੇ ਮੇਰੇ ਤੋਂ ਪਛਤਾਉਂਦਾ ਤੋਂ ਹੋਵੇਗਾ, ਇਸ਼ਕ ਦੀਆਂ ਨਾਕਾਮੀਆਂ ਤੇ ਰੋਂਦਾ ਵੀ ਹੋਣਾ ਜ਼ਰੂਰ, ਇਸ਼ਕ ਦੀਆਂ ਨਾਕਾਮੀਆਂ ਤੇ ਰੋਂਦਾ ਵੀ ਹੋਣਾ ਜ਼ਰੂਰ, ਸੋਚ ਗੱਲਾਂ ਮੇਰੀਆਂ ਚੁਕਾਉਂਦਾ ਤਾਂ ਹੋਵੇਗਾ, ਸੋਚ ਗੱਲਾਂ ਮੇਰੀਆਂ ਚੁਕਾਉਂਦਾ ਤਾਂ ਹੋਵੇਗਾ, ਦੂਰ ਜਾ ਕੇ ਮੇਰੇ ਤੋਂ ਚੁਕਾਉਂਦਾ ਤਾਂ ਹੋਵੇਗਾ, ਫੈਲਦੇ ਹੋਣੇ ਗਮਾਂ ਦੇ ਉਬਕਲੇ ਜਦ ਸ਼ਾਮ ਨੂੰ, ਚੱਲਦੇ ਹੋਣੇ ਗਮਾਂ ਦੇ ਉਬਕਲੇ ਜਦ ਸ਼ਾਮ ਨੂੰ, ਯਾਦਾਂ ਦਾ ਕੋਈ ਦੀਪ ਜਲਾਉਂਦਾ ਕੋਈ ਹੋਵੇਗਾ, ਯਾਦਾਂ ਦਾ ਕੋਈ ਦੀਪ
ਲੰਬਾ ਸੋਵੇਗਾ ਦੂਰ ਜਾ ਕੇ ਮੇਰੇ ਤੋਂ ਲੰਬਾ ਸੋਵੇਗਾ ਵਕਤ ਦੇ ਨਾਲ ਜੋ ਜੁੜ ਗਏ ਹਾਦਸੇ ਵਕਤ ਦੇ ਨਾਲ ਜੋ ਜੁੜ ਗਏ ਨੇ ਹਾਦਸੇ ਹਿਸਾਬ ਕਰੇ ਉਹਨਾਂ ਦਾ ਲਾਉਂਦਾ ਤੋਗਾ ਹਿਸਾਬ ਕਰੇ ਉਹਨਾਂ ਦਾ ਲਾਉਂਦਾ ਤੋਗਾ ਦੂਰ ਜਾ ਕੇ ਮੇਰੇ ਤੋਂ ਬੈਠ ਉਜੜੇ ਰਾਵਿਚ ਕਰਾ ਹੋਣਾ ਕਿਤੇ ਬੈਠ ਉਜੜੇ ਰਾਵਿਚ ਕਰਾ ਹੋਣਾ ਕਿਤੇ ਵਾਂਗ ਮੇਰੇ ਉਦਾਸ ਜੀ ਮੇਰੇ ਉਦਾਸ ਜੀ ਗਾਉਂਦਾ ਸੋਵੀ ਹੋਵੇਗਾ ਦੂਰ ਜਾ ਕੇ ਮੇਰੇ ਤੋਂ ਪਛਤਾਉਂਦਾ ਸੋਵੀ ਹੋਵੇਗਾ ਜ਼ਿੰਦਗੀ ਦੀ ਪਨਹਾਈ ਤੋਂ ਕਿਆ ਬਾਤ ਹੈ, ਬਹੁਤ ਸ਼ੁਕਰੀਆ ਬਿਰਲਾ ਸਾਹਿਬ, ਰਾਜੀ ਰਹੋ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਫਿਰ ਵੀ ਆਉਣਾ, ਆਪਦਾ ਬਹੁਤ ਬਹੁਤ ਧੰਨਵਾਦ, ਤੁਸੀਂ ਬਹੁਤ ਵਧੀਆ ਗਾਇਆ, ਬੜੇ ਰਾਹ ਦੇ ਨਾਲ, ਬੜੇ ਟਿਊਨ ਦੇ ਵਿੱਚ ਆ ਕੇ, ਅਤੇ ਹਰ ਸ਼ਾਇਰ ਜੋ ਆਉਂਦਾ ਹੈ ਉਹ ਆਪਣੇ ਆਪਣੇ ਲਫਾਜ਼, ਆਪਣੇ ਆਪਣੇ ਲਫ਼ਜ਼ ਲੈ ਕੇ ਔਰ ਵਧੀਆ ਟਿਊਨ ਦੇ ਨਾਲ ਗਾਉਣੇ ਵਾਲੇ ਗਾਉਂਦੇ ਆ, ਔਰ ਸਿਰਫ ਜਿਹੜੇ ਬੋਲ ਕੇ ਪੋਗਲ ਸਾਹਿਬ ਵਰਗੇ ਕਵਿਤਾ ਕਹਿੰਦੇ ਆ, ਉਹਨਾਂ ਦਾ ਵੀ ਅਸੀਂ ਸਭ ਦਾ ਧੰਨਵਾਦ ਕਰਦੇ ਹਾਂ। ਜੀ ਆਇਆਂ ਨੂੰ ਜੀ, ਜੈ ਗੁਰਦੇਵ, ਜਿਹੜੇ ਜਪਦੇ ਨਾਮ ਪੁਰਾਣੀ, ਉਹ ਸੁੱਖਾਂ ਵਿੱਚ ਰਹਿੰਦੇ ਜਿਹੜੇ ਜਪਦੇ ਨਾਮ ਪੁਰਾਣੀ, ਸੇਵਾ ਸਿਮਨ ਕਰ ਬੰਦੇ ਆ ਤੇਰੀ ਮੁੱਕ ਜਿਹੀ ਆਉਣੀ ਜਾਣੀ। ਕੀ ਬਾਤ ਹੈ, ਬਿਨ ਬੰਦਗੀ ਦੇ ਕੁਛ ਨਹੀਂ ਮਿਲਦਾ, ਨਾ ਮਿਲਦੀ ਕਦੇ ਢੋਈ, ਬਿਨ ਬੰਦਗੀ ਦੇ ਕੁਛ ਨਹੀਂ ਮਿਲਦਾ, ਨਾ ਮਿਲਦੀ ਕਦੇ ਢੋਈ, ਆਉਣੀ ਜਾਂਦੀ ਦੁਨੀਆ ਇੱਥੇ ਰਹਿ ਨਹੀਂ ਸਕਦਾ ਕੋਈ। ਵਾਹ ਜੀ ਵਾਹ, ਸਾਡਾ ਨਾਮ ਤੇ ਆ ਕੇ ਤੂੰ ਕਰਨੀ ਪੜ੍ਹਨੀ ਅਮਤ ਬਾਣੀ, ਸਾਡਾ ਨਾਮ ਤੇ ਆ ਕੇ ਤੂੰ ਪੜ੍ਹਨੀ ਅਮਤ ਬਾਣੀ, ਸੇਵਾ ਸਿਵਨ ਕਰ ਬੰਦਿਆ ਤੇਰੀ ਮੁੱਖ ਜੋ ਆਉਣੀ ਜਾਣੀ। ਵਾਹ ਜੀ ਵਾਹ, ਉਹਦੇ ਘਰ ਵਿੱਚ ਕੋਈ ਨੇ ਘਾਟਾ ਮੰਗ ਲਓ ਜੋ ਵੀ ਮੰਗਣਾ, ਉਹਦੇ ਘਰ ਵਿੱਚ ਕੋਈ ਨੇ ਘਾਟਾ ਮੰਗ ਲਓ ਜੋ ਵੀ ਮੰਗਣਾ, ਸਵੇਰੇ ਪੜ ਬਾਣੀ ਤੂੰ ਉਹਨੇ ਰੰਗ ਮਸੀਠੀ ਰੰਗਣਾ, ਮਨ ਮੂਰਖ ਸਮਝਾ ਲਾ ਬੰਦਿਆ ਜੇ ਤੂੰ ਮੁਕਤੀ ਪਾਉਣੀ, ਮਨ ਮੂਰਖ ਸਮਝਾ ਲਾ ਬੰਦਿਆ ਜੇ ਤੂੰ ਮੁਕਤੀ ਪਾਉਣੀ,
ਸੇਵਾ ਸੇਵਨ ਕਰ ਬੰਦਿਆ ਤੇਰੀ ਮੁੱਕ ਜਾਈ ਆਉਣੀ ਜਾਣੀ। ਵਾਹ ਜੀ ਵਾਹ। ਦੀਨ ਦਿਆਲ ਕਿਰਪਾਲੂ ਕਦੇ ਵੀ ਖਾਲੀ ਨਾ ਮੋੜੇ, ਦੀਨ ਦਿਆਲ ਕਿਰਪਾਲੂ ਸਤਿਗੁਰ ਕਦੇ ਨਾ ਖਾਲੀ ਮੋੜੇ, ਪਰਪਾ ਝੋਲੀਆਂ ਦਰਤੋ ਜਾਂਦੇ ਵੀਰ ਭੈਣਾਂ ਦੇ ਜੋੜੇ, ਪਰਪਾ ਝੋਲੀਆਂ ਦਰਤੋ ਜਾਂਦੇ ਵੀਰ ਭੈਣਾਂ ਦੇ ਜੋੜੇ, ਦੋ ਘੁੱਟ ਅੰਮ੍ਰਿਤ ਪੀ ਕੇ ਤਰਲ ਗਈ, ਦੋ ਘੁੱਟ ਪੀ ਕੇ ਅੰਮ੍ਰਿਤ ਤਰ ਗਏ ਮੀਰਾਂ ਚਾਲਾ ਰਾਣੀ, ਸੇਵਾ ਸੇਵਨ ਕਰ ਬੰਦਿਆ ਤੇਰੀ ਮੁੱਕ ਜਾਈ ਆਉਣੀ ਜਾਣੀ। ਵਾਹ ਜੀ ਵਾਹ। ਮਹਿਜੋਗੀ ਨੂੰ ਸਭ ਕੁਛ ਮਿਲਿਆ ਦਾਤੇ ਦੀਆਂ ਸਿਫਤਾਂ ਕਰਦਾ, ਮਹਿਜੋਗੀ ਨੂੰ ਸਭ ਕੁਛ ਮਿਲਿਆ ਦਾਤੇ ਦੀਆਂ ਸਿਫਤਾਂ ਕਰਦਾ, ਮੁਕਤੀ ਦੇ ਰਾ ਪਾਇਆ ਸਾਨੂੰ ਹੁਣ ਨੀ ਮਨ ਨੂੰ ਡਰਦਾ, ਮੁਕਤੀ ਦੇ ਰਾ ਪਾਇਆ ਸਾਨੂੰ ਹੁਣ ਨੀ ਮਨ ਨੂੰ ਡਰਦਾ, ਮਾਇਆ ਮਨ ਮੁਣੀ ਟਿਕਣ ਦਿੰਦੀ ਬਣ ਕੇ ਬੈਠੀ ਰਾਣੀ, ਮਾਇਆ ਮਨ ਮੁਣੀ ਟਿਕਣ ਦਿੰਦੀ ਬਣ ਕੇ ਬੈਠੀ ਰਾਣੀ, ਸੇਵਾ ਸੇਵਨ ਕਰ ਬੰਦਿਆ ਤੇਰੀ ਮੁੱਕ ਜਾਈ ਆਉਣੀ ਜਾਣੀ, ਹੋਰ ਸੁੱਖਾਂ ਵਿੱਚ ਰਹਿੰਦੇ ਜਿਹੜੇ ਜਪਤੇ ਨਾਮ ਪੁਰਾਣੀ, ਸੇਵਾ ਸੇਵਨ ਕਰ ਬੰਦਿਆ ਤੇਰੀ ਮੁੱਕ ਜਾਈ ਆਉਣੀ ਤੇਰੀ ਮੁੱਕ ਜਾਈ ਆਉਣੀ ਜਾਣੀ। ਜਗਦੇਵ ਬਿਲਕੁਲ, ਜੈ ਗੁਰਦੇਵ। ਤਨਕ ਦੇਵ ਜੀ, ਇਹ ਸੀ ਸਾਡੇ ਜੋਗਿੰਦਰ ਮਹਿਜੋਗੀ ਜੀ, ਜੋ ਕਿ ਕਵੀ ਹਨ ਔਰ ਲਿਖਾਰੀ ਵੀ ਐਸੇ, ਜਿਨ੍ਹਾਂ ਦੇ ਕਈ ਸਾਰੇ ਗੀਤ ਕਈ ਕਲਾਕਾਰਾਂ ਨੇ ਗਾਏ ਆ। ਉਹ ਕਹਿੰਦੇ ਜਪ ਲਾ ਨਾਮ ਤਾਂ ਕਿ ਤੇਰੀ ਮੁੱਕ ਜਾ ਆਉਣੀ ਜਾਣੀ, ਕਿਉਂਕਿ ਉਸ ਰੱਬ ਨੂੰ ਧਿਆਉਣਾ ਚਾਹੀਦਾ। ਜੋਗਿੰਦਰ ਮਹਿਜੋਗੀ ਜੀ ਆਪਣੇ ਕਲਾਮ ਦੇ ਵਿੱਚ ਸਾਰੇ ਸੰਸਾਰ ਨੂੰ ਕਹਿ ਗਏ ਆ। ਉਹ ਕਹਿੰਦਾ ਮੈਨੂੰ ਹੁਣ ਕੋਈ ਡਰ ਨਹੀਂ ਰਿਹਾ, ਕਿਉਂਕਿ ਮੈਂ ਰੱਬ ਦਾ ਨਾਮ ਜਪਦਾ ਹਾਂ, ਅੱਛੇ ਕੰਮ ਕਰਦਾ ਹਾਂ, ਅਤੇ ਮੈਨੂੰ ਮਰਨ ਦਾ ਵੀ ਕੋਈ ਖੌਫ ਨਹੀਂ ਰਿਹਾ। ਕਿਉਂਕਿ ਮਰਨ ਤਾਂ ਉਹ ਹੀ ਡਰਦੇ ਆ ਜਿਹੜੇ ਕਿ ਉਹ ਸਮਝਦੇ ਵੀ ਪਤਾ ਨਹੀਂ ਕੀ ਹੋ ਜਾਣਾ ਜੇ ਮੈਂ ਚਲੇ ਗਿਆ ਤਾਂ। ਹੁਣਾ ਕੁਛ ਨਹੀਂ ਆ, ਕਿਉਂਕਿ ਹਰ ਇੱਕ ਜੋ ਆਇਆ ਇੱਥੇ ਉਹਨੇ ਜਾਣਾ ਤਾਂ ਹੈਗਾ ਹੀ ਆ, ਆਪਾਂ ਸਭ ਨੇ ਜਾਣਾ, ਪਰ ਅੱਛੇ ਕੰਮ ਕਰਾਂਗੇ ਤਾਂ ਸਾਨੂੰ ਦੁਨੀਆ ਯਾਦ ਕਰੇਗੀ ਕਿ ਇਸ ਇਨਸਾਨ ਨੇ ਆਹ ਕੰਮ ਕੀਤੇ ਆ, ਵਧੀਆ ਕੰਮ ਕੀਤੇ ਆ, ਜੋ ਸੰਸਾਰ ਲਈ ਬਹੁਤ ਸੋਹਣੇ ਲੋਕਾਂ ਨੂੰ ਸੁੱਖ ਦੇ ਕੇ ਗਿਆ। ਉਸਾਰੂ ਆਦਮੀ ਸੀ ਅਤੇ ਉਹਨੂੰ ਦੁਨੀਆ ਜਿਹੜੀ ਆ ਉਹ ਯਾਦ ਕਰਦੀ ਆ। ਤਾਂ ਸਾਨੂੰ ਅੱਛੇ ਕੰਮ ਕਰਨੇ ਚਾਹੀਦੇ ਆ ਔਰ ਮੌਤ ਦਾ ਕੋਈ ਖੌਫ ਨਹੀਂ ਕਰਨਾ ਚਾਹੀਦਾ, ਅਤੇ ਮੌਤ ਤਾਂ ਇੱਕ ਦਿਨ ਸਭ ਨੂੰ ਆਉਣੀ ਹੀ ਆਉਣੀ ਆ। ਸੋ ਹੁਣ ਮੈਂ ਤੁਹਾਨੂੰ ਇਹ ਜਿਹੜੀ, ਕਿਉਂਕਿ ਆਹ ਜਿਹੜੀ ਕਵਿਤਾ ਮੈਂ ਸੁਣਾਉਣ ਜਾ ਰਿਹਾ ਹਾਂ, ਉਹ ਇੱਕ ਸੁਨੇਹਾ ਹੈ ਕਿ ਹੁਣ ਉੱਠ ਖੜ ਸੁੱਤਿਆ ਆਦੀਆ ਨਾ ਹੋਰ ਘੁਰਾੜੇ ਮਾਰ, ਤੇਰੀ ਬਸਤੀ 'ਚ ਲੁਟੇਰੇ ਆ ਬੜੇ ਉਹ ਦੇਖੀ ਲੁੱਟਣਾ ਲੈਣ ਘਰ ਬਾਰ, ਉੱਠ ਖੜ ਸੁੱਤਿਆ ਆਦੀਆ ਨਾ ਹੋਰ ਘੁਰਾੜੇ ਮਾਰ, ਢੇਰ ਹੋਈ ਜੁਗੜੇ ਬੀਤ ਗਏ ਤੇਰੀ ਗਫਤ ਦਾ ਮਾਰੀ ਅੱਤ, ਢੇਰ ਹੋਈ ਜੁਗੜੇ ਬੀਤ ਗਏ ਤੇਰੀ ਗਫਲਤਾ ਮਾਰੀ ਮਤ, ਤੈਨੂੰ ਕੂਕਰਾਂ ਵਾਂਗ ਦੁਰਕਾਰਿਆ ਵਿਪਰਾਂ ਕਰ ਹੁਣ ਹੋਈ ਅਤ, ਤੂੰ ਭਾਣਾ ਜਾਣ ਕਰਤਾਰ ਦਾ ਸਭ ਮੰਨਿਆ ਕਰਕੇ ਸਤ, ਪਰ ਹਰ ਚੀਜ਼ ਦੀ ਆਖਰ ਦੱਸ ਦੇ, ਕਿਉਂਕਿ ਹਰੇਕ ਗੱਲ ਦੀ ਆਖਰ ਹੁੰਦੀ ਆ, ਕਿ ਤੈਨੂੰ ਜਚੀ ਹੈ ਕੋਈ ਵਿਚਾਰ, ਹੁਣ ਉੱਠ ਖੜ ਸੁੱਤਿਆ ਆਦੀਆ ਨਾ ਹੋਰ ਘੁਰਾੜੇ ਮਾਰ, ਤੂੰ ਸ਼ੰਭੂਕ ਦੀ ਕੁੱਲ ਦਾ ਅੰਸ਼ ਏ ਅਤੇ ਭਗਵਾਨ ਵਾਲਮੀਕ ਦੀ ਸ਼ੁਭ ਸੰਤਾਨ, ਤੇਰਾ ਸਤਿਗੁਰ ਗੁਰੂਆਂ ਦਾ ਗੁਰੂ ਰਵਿਦਾਸ ਜੀ, ਜੋ ਪੀਰਾਂ ਦਾ ਪੀਰ ਮਹਾਨ, ਤੇਰੀ ਹਸਤੀ ਥੀ ਭੀਮ ਜਿਹੀ ਜੋ ਜਗੀ। ਡਾਕਟਰ ਅੰਬੇਦਕਰ ਜਿਨ੍ਹਾਂ ਨੇ ਕਿ ਬਹੁਤ ਸਾਰੀ ਜਿਨ੍ਹਾਂ ਕਿ ਸਿੰਬਲ ਆਫ ਨੌਲੇਜ ਕਿਹਾ ਗਿਆ, ਅਖੇ ਜੇ ਤੇਰੀ ਹਸਤੀ ਥੀ ਭੀਮ ਜਿਹੀ ਜੋ ਜਗੀ, ਸਾਰੇ ਜਗ ਲਈ ਵਿਦਵਤਾ ਮਾਣ, ਯਾਦ ਰੱਖੀ ਤੂੰ ਗਦਰੀ ਬਾਬਾ ਮੰਗੂ ਰਾਮ ਜੀ, ਆ ਧਰਮ ਦਾ ਬਾਨੀ ਬਲਕਾਰ, ਹੁਣ ਸੁੱਤ ਕਰ ਹੁਣ
ਉੱਠ ਕਰ ਸੁੱਤਿਆ ਆਦੀਆ ਨਾ ਹੋਰ ਘਰਾੜੇ ਮਾਰ ਨਾ ਹੋਰ ਘਰਾੜ ਸੁੱਤੇ ਰਹਿਣ ਦਾ ਸਮਾਂ ਨਹੀਂ ਹੋ ਤੈਨੂੰ ਜਾਗਣਾ ਜਾ ਕੇ ਦੇਖ ਦੁਨੀਆ ਕਿੱਥੇ ਕਿੱਥੇ ਪਹੁੰਚ ਰਹੀ ਹੈ ਅਤੇ ਤੂੰ ਕਿੱਥੇ ਬੈਠਾ ਆ ਇੱਕ ਅਣਖ ਦੀ ਡਾਢੀ ਲੋੜ ਹੈ ਕਿਤੇ ਭੁੱਲ ਨਾ ਜਾਈ ਉੱਚ ਗੱਲ ਸ਼ੇਰਾਂ ਤੋਂ ਡਰਦੇ ਵਣ ਜੀਆ ਜੰਤ ਭੇਡਾਂ ਬੱਕਰੀਆਂ ਦੀ ਲਹਿੰਦੀ ਨਿੱਤ ਖੱਲ ਭੇਡਾਂ ਬੱਕਰੀਆਂ ਨੂੰ ਮਾਰਦੇ ਆ ਸ਼ੇਰ ਦੇ ਮਾਰਕ ਦਿਖਾਣੀ ਇੱਕ ਅਣਖ ਦੀ ਡਾਢੀ ਲੋੜ ਹੈ ਕਿਤੇ ਭੁੱਲ ਨਾ ਜਾਈ ਉੱਚ ਗੱਲ ਸ਼ੇਰਾਂ ਤੋਂ ਡਰਦੇ ਵਣ ਜੀਆ ਜੰਤ ਭੇਡਾਂ ਬੱਕਰੀਆਂ ਦੀ ਲਹਿੰਦੀ ਨਿੱਤ ਖੱਲ ਜੱਗ ਦਿੰਦਾ ਨਾ ਕਿਸੇ ਇਨਸਾਫ ਤਦ ਹੱਕ ਲੈਣ ਦਾ ਹੋਵੇ ਨਾ ਜੇ ਬਾਹੂ ਬਲ ਉਂਝ ਸਿਤਮ ਦੀ ਨੇਰੀ ਨਿਤ ਚੁੱਲੇਗੀ ਬਦਲਾਊ ਭਾਵਨਾ ਜੇ ਦਿੱਤੀ ਤੈਂ ਵਿਸਾਰ ਅਤੇ ਉੱਠ ਖੜ ਸੁੱਤਿਆ ਆਦੀਆ ਨਾ ਹੋਰ ਘਰਾੜੇ ਮਾਰ ਲਿਖਿਆ ਹੈ ਕਿ ਸਮੇਂ ਦੀ ਸੂਈ ਚਲਦੀ ਹੀ ਰਹਿਣੀ ਜਿਹਨੂੰ ਸਕਿਆ ਕੋਈ ਨਾ ਰੋਕ ਨੋ ਯੂ ਕਾਂਟ ਸਟੱਪ ਦਾ ਜਿਹੜਾ ਸਮਾਂ ਆ ਉਹਦੀ ਸੂਈ ਚੱਲਦੀ ਰਹਿਣੀ ਹੈ ਸਮੇਂ ਦੀ ਸੂਈ ਚਲਦੀ ਹੀ ਰਹਿਣੀ ਜਿਹਨੂੰ ਸਕਿਆ ਕੋਈ ਨਾ ਰੋਕ ਹਰ ਪਲ ਹੋਣੀ ਦੇ ਨੇੜੇ ਟੁੱਕਦਾ ਕਿਹੜਾ ਕਿਆਮਤ ਸਕਦਾ ਟੋਕ ਉਹ ਮੌਤ ਪਰ ਮੈਂ ਮਕਸਦ ਜਾਣਾ ਜਿਹਦਾ ਮੰਤਵ ਮੰਨਦੇ ਲੋਕ ਭਗਤ ਸਿੰਘ ਵੀ ਮਰਿਆ ਸੀ ਉਹਨੂੰ ਸ਼ਹੀਦ ਭਗਤ ਸਿੰਘ ਕਹਿੰਦੇ ਆ ਕਿਉਂਕਿ ਮੌਤ ਤਾਂ ਹਰੇਕ ਨੂੰ ਆਉਣੀ ਹੈ ਪਰ ਇਨਕਲਾਬ ਜਿੰਦਾਬਾਦ ਉਹ ਦੇਖੋ ਕਿਸ ਤਰ੍ਹਾਂ ਸਾਨੂੰ ਆਜ਼ਾਦੀ ਲੈ ਕੇ ਦੇ ਗਿਆ ਅਖੇ ਸਮੇਂ ਦੀ ਸੂਈ ਚਲਦੀ ਰਹਿਣੀ ਜਿਹਨੂੰ ਸਕਿਆ ਕੋਈ ਨਾ ਰੋਕ ਹਰ ਪਲ ਹੋਣੀ ਦੇ ਨੇੜੇ ਟੁੱਕਦਾ ਯੈਸ ਹਰ ਪਲ ਹੋਣੀ ਦੇ ਨੇੜੇ ਟੁੱਕਦਾ ਕਿਹੜਾ ਕਿਆਮਤ ਸਕਦਾ ਰੋਕ ਅਖੇ ਉਹ ਮੌਤ ਪਰ ਮੈਂ ਮਕਸਦ ਜਾਣਾ ਜਿਹਦਾ ਮੰਤਵ ਮੰਨਦੇ ਲੋਕ ਹੋ ਜਾ ਅਮਰ ਤੂੰ ਕੌਮ ਦੀ ਖਾਤਰ ਆਦਿ ਪਿਆਰੇ ਦੇ ਆਪਾ ਵਾਰ ਸੋ ਹੁਣ ਉੱਠ ਕਰ ਸੁੱਤਿਆ ਆਦੀਆ ਨਾ ਹੋਰ ਘੁਰਾੜੇ ਮਾਰ ਦੇਖ ਤੇਰੀ ਬਸਤੀ 'ਚ ਲੁਟੇਰੇ ਆਬੜੇ ਦੇਖੀ ਲੁੱਟ ਨਾ ਲੈਣ ਤੇਰਾ ਕਾਰੋਬਾਰ ਹੋ ਤੇਰਾ ਕਾਰੋਬਾਰ ਇਹ ਜ਼ਰੂਰੀ ਆ ਕਿ ਇਨਸਾਨ ਨੂੰ ਚੁਕੰਨੇ ਰਹਿਣਾ ਪਊਗਾ ਸੋਚਣਾ ਪਊਗਾ ਕਿ ਜੋ ਮੇਰੇ ਨਾਲ ਹੋ ਰਿਹਾ ਕਿ ਇਹ ਸਹੀ ਆ ਜੇ ਨਹੀਂ ਸਹੀ ਤਾਂ ਫਿਰ ਆਪਾਂ ਨੂੰ ਕੀ ਕਰਨਾ ਚਾਹੀਦਾ ਕਿਸ ਤਰ੍ਹਾਂ ਆਪਾਂ ਨੂੰ ਆਪਣੀ ਜਿਹੜੀ ਆ ਜ਼ਿੰਦਗੀ ਆ ਉਹਨੂੰ ਕਿੱਦਾਂ ਬਸਰ ਕਰਨਾ ਚਾਹੀਦਾ ਲਓ ਸਾਡੇ ਕੋਲ ਇਸ ਵੇਲੇ 12 ਮਿੰਟ ਬਾਕੀ ਪਏ ਹਨ ਜੀ ਆਇਆਂ ਨੂੰ ਜੀ ਜੈ ਗੁਰਦੇਵ ਹੈਲੋ ਜੀ ਹਾਂਜੀ ਤੁਹਾਡੀ ਲਾਈਨ ਲੱਗ ਗਈ ਜੀ ਹਾਂਜੀ ਜੈ ਗੁਰਦੇਵ ਜੈ ਭੀਮ ਸਾਰਿਆਂ ਨੂੰ ਹਾਂਜੀ ਆਪਣੇ ਸਤਿਆ ਰਤੂ ਭੈਣ ਜੀ ਜੀ ਆਇਆਂ ਨੂੰ ਹਾਂਜੀ ਤੁਹਾਡਾ ਪ੍ਰੋਗਰਾਮ ਬਹੁਤ ਸੋਹਣਾ ਮੈਂ ਭਰ ਲਾਇਆ ਹੁਣੇ ਹੀ ਆ ਅੱਛਾ ਜੀ ਬਾਹਰੋਂ ਆਈ ਸੀਗੀ ਠੀਕ ਹੈ ਜੀ ਮੈਂ ਕਿਹਾ ਚਲੋ ਮੈਂ ਵੀ ਬਾਬਾ ਸਾਹਿਬ ਤੇ ਇੱਕ ਕਵਿਤਾ ਬੋਲਦੀ ਆ ਮੈਂ ਕਿਹਾ ਜੀ ਬੋਲੋ ਜੀ ਮੈਂ ਤਾਂ ਅੱਗੇ ਉਹਨੂੰ ਮੈਂਸ਼ਨ ਕਰ ਇਹ ਸਹੀ ਹੈ ਹੁਣ ਟਾਈਮ ਥੋੜਾ ਮੈਂ ਇਹੀ ਬੋਲ ਦਿੰਦੀ ਆ ਬੋਲੋ ਜੀ ਬੋਲੋ ਹਾਂਜੀ ਰਸਨਾ ਪਵਿੱਤਰ ਕਰ ਲਓ ਮੁੱਖੋਂ ਜੈ ਭੀਮ ਬੋਲ ਕੇ ਹਾਂਜੀ ਰਸਨਾ ਪਵਿੱਤਰ ਕਰ ਲਓ ਜੈ ਭੀਮ ਬੋਲ ਕੇ ਵਾਹ ਜੀ ਵਾਹ ਝੋਲੀਆਂ ਸੰਗ ਤੇ ਭਰ ਲਓ ਮੁੱਖੋਂ ਜੈ ਭੀਮ ਬੋਲ ਕੇ ਹਾਂ ਕੌਮ ਵਾਸਤੇ ਸਾਰਾ ਜੀਵਨ ਭੀਮ ਰਾਓ ਨੇ ਵਾਰਿਆ ਕੌਮ ਹਿੱਤ ਕਾਰਜ ਕਰਦਾ ਕਦੇ ਨਹੀਂ ਸੀ ਆ ਰਿਹਾ ਬਿਲਕੁਲ ਚੰਗਾ ਕਾਰਜ ਕਰ ਲਓ ਮੁੱਖੋਂ ਜੈ ਭੀਮ ਬੋਲ ਕੇ ਰਸਨਾ ਪਵਿੱਤਰ ਕਰ ਲਓ ਮੁੱਖੋਂ ਜੈ ਭੀਮ ਬੋਲ ਕੇ ਝੋਲੀਆਂ ਸੰਗ ਤੇ ਭਰ ਲਓ ਮੁੱਖੋਂ ਜਾਤ ਜੈ ਭੀਮ ਬੋਲ ਕੇ ਜਾਤ ਪਾਤ ਤੇ ਊਚ ਨੀਚ ਦਾ ਭਰਮ ਦਿਲਾਂ ਚੋਂ ਕੱਢਿਆ
ਜਾਤ ਪਾਤ ਤੇ ਊਚ ਨੀਚ ਦਾ ਭਰਮ ਦਿਲਾਂ ਚੋਂ ਕੱਢਿਆ। ਮਨੂ ਸਿਮਰਤੀ ਵਾਲਾ ਭੀਮ ਨੇ ਸੀ ਮੁੰਡੋ ਫਾਸਤਾ ਵੱਢਿਆ। ਮਨੂ ਸਿਮਰਤੀ ਵਾਲਾ ਭੀਮ ਨੇ ਮੁੰਡੋ ਸੀ ਫਾਸਤਾ ਵੱਢਿਆ। ਬਿਲਕੁਲ ਲੋਕ ਬਰਾਬਰ ਕਰ ਲਓ ਮੁੱਖੋਂ ਜੈ ਭੀਮ ਬੋਲ ਕੇ। ਬਿਲਕੁਲ ਦਰਸ਼ਨਾ ਪਵਿੱਤਰ ਕਰ ਲਓ ਮੁੱਖੋਂ ਜੈ ਭੀਮ ਬੋਲ ਕੇ। ਝੋਲੀਆਂ ਸੰਗਤੇ ਭਰ ਲਓ ਮੁੱਖੋਂ ਜੈ ਭੀਮ ਬੋਲ ਕੇ। ਭੀਮ ਰਾਓ ਅੰਬੇਡਕਰ ਨੇ ਭਾਰਤ ਦਾ ਸੰਵਿਧਾਨ ਬਣਾਇਆ। ਬਿਲਕੁਲ ਭੀਮ ਰਾਓ ਅੰਬੇਡਕਰ ਨੇ ਭਾਰਤ ਦਾ ਸੰਵਿਧਾਨ ਬਣਾਇਆ। ਸੰਵਿਧਾਨ ਬਣਾ ਗਰੀਬਾਂ ਤਾਈਂ ਤਖ਼ਤ ਦੇ ਉੱਪਰ ਬਿਠਾਇਆ। ਬਿਲਕੁਲ ਸਿਰਾ ਆਖਰੀ ਲੈਣਾ ਦੋ ਸਿਰਾਂ ਉੱਪਰ ਤਾਜ ਧਰ ਲਓ ਮੁੱਖੋਂ ਜੈ ਭੀਮ ਬੋਲ ਕੇ। ਸਤਿਆ ਰਤੂ ਰਸਨਾ ਪਵਿੱਤਰ ਕਰ ਲਓ ਚਲੋ ਜੈ ਭੀਮ ਬੋਲ ਕੇ। ਵਾਹ ਜੀ ਵਾਹ ਜੀ। ਹਾਂਜੀ ਦੇਖੋ ਜੀ ਬਾਬਾ ਸਾਹਿਬ ਨੇ ਸਾਰਾ ਸਾਨੂੰ ਦੇ ਕਿੰਨੇ ਹੱਕ ਲੈ ਕੇ ਦਿੱਤੇ ਔਰਤਾਂ ਨੂੰ। ਹਾਂਜੀ ਤੇ ਸਾਨੂੰ ਤਾਂ ਯਾਦ ਕਰਨਾ ਚਾਹੀਦਾ ਹੀ ਆ ਨਾ ਬਣਦਾ। ਬਿਲਕੁਲ 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 ਕਿਉਂ ਨੀ। ਜਿਹਨਾਂ ਨੇ ਸਿੱਖ ਨੂੰ ਦੇਖੋ ਕਿੰਨਾ ਉੱਤੇ ਸਿਰ ਦਾ ਤਾਜ ਬਣਾ ਗਏ। ਹਾਂਜੀ ਹਾਂਜੀ ਜਿੰਨੇ ਵੀ ਮਹਾਂਪੁਰਸ਼ ਆਏ ਚਲੋ ਉਹਨਾਂ ਨੇ ਸਭ ਨੇ ਹੀ ਲੇਡੀ ਨੂੰ ਤਾਂ ਅੱਗੇ ਕੀਤਾ, ਪਰ ਜਿਹੜੇ ਤੁਹਾਨੂੰ ਪਤਾ ਓਦਾਂ ਦੇ ਆ ਲੋਕ ਉਹ ਨਹੀਂ ਆਉਣ ਦਿੰਦੇ। ਹਾਂ ਖਿਤਾਬ ਦਿੱਤਾ ਗਿਆ ਉਹਨਾਂ ਨੂੰ ਇੰਨਾ ਗਿਆਨ ਸੀ। ਹਾਂਜੀ ਦੇਖੋ ਜੀ ਨਹੀਂ ਤਾਂ ਸਾਨੂੰ ਕਿੱਥੋਂ ਮੌਕੇ ਮਿਲਣੇ ਸੀ ਆ ਬੋਲਣੇ ਦੇ। ਹਾਂ ਬਿਲਕੁਲ 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 ਸਾਨੂੰ ਕਿੱਥੋਂ ਔਰ ਸਾਨੂੰ ਜੋ ਮੌਕੇ ਮਿਲੇ ਆ ਇਹਨਾਂ ਮੌਕੇ ਆਪਾਂ ਨੂੰ ਇਹਦਾ ਪੂਰਾ ਫਾਇਦਾ ਲੈਣਾ ਚਾਹੀਦਾ। ਹਾਂਜੀ ਦੇਖੋ ਜੀ ਸਾਨੂੰ ਟੈਲੀਵਿਜ਼ਨ ਤੇ ਬੋਲਣੇ ਦਾ ਮੌਕਾ ਮਿਲਿਆ, ਜਿੱਥੇ ਮਰਜ਼ੀ ਅਸੀਂ ਬੋਲ ਸਕਦੇ ਹਾਂ ਗੱਲ ਕਰ ਸਕਦੇ ਹਾਂ। ਹਾਂਜੀ ਤਾਂ ਕਿੱਥੋਂ ਸਾਨੂੰ ਹੱਕ ਸੀ। ਬਿਲਕੁਲ ਸਹੀ ਗੱਲ ਹੈ। ਹਾਂਜੀ ਥੈਂਕ ਯੂ ਤੁਹਾਡਾ ਭਾਜੀ, ਤੁਹਾਡਾ ਪ੍ਰੋਗਰਾਮ ਬਹੁਤ ਸੋਹਣਾ ਹੁੰਦਾ, ਮੈਂ ਕਿਹਾ ਚਲੋ ਮੈਂ ਵੀ ਕਵਿਤਾ ਬੋਲਦੀ। ਥੈਂਕ ਯੂ ਤੁਹਾਡਾ ਜਿਹੜਾ ਤੁਸੀਂ ਆਏ ਸਮਾਂ ਕੱਢਿਆ, ਬਹੁਤ ਸ਼ੁਕਰੀਆ, ਮਿਹਰਬਾਨੀ, ਇਦਾਂ ਹੀ ਆਇਆ ਕਰੋ। ਜੈ ਗੁਰਦੇਵ, ਜੈ ਭੀਮ। ਜੈ ਭੀਮ ਜੀ, ਜੈ ਭੀਮ, ਜੈ ਗੁਰਦੇਵ। ਇਹ ਸੀ ਸਾਡੀ ਭੈਣ ਸਤਿਆ ਰਤੂ ਜੀ, ਜਿਹੜੀ ਕਿ ਆਪਣੀ ਕਵਿਤਾ ਲਿਖ ਕੇ ਕਿ ਰਸਨਾ ਪਵਿੱਤਰ ਕਰ ਲਓ ਜੈ ਭੀਮ ਬੋਲ ਕੇ। ਵਾਹ ਜੀ ਵਾਹ, ਅਸੀਂ ਰਸਨਾ ਤਾਂ ਪਵਿੱਤਰ ਕੀਤੀ ਹੋਈ ਆ, ਕਿਉਂਕਿ ਅਸੀਂ ਤਾਂ ਜਿੰਨੀਆਂ ਵੀ ਕਵਿਤਾਵਾਂ ਬੋਲਦੇ ਹਾਂ ਉਹ ਰਸਨਾ ਜਿਹੜੀ ਆ ਉਹਦੇ 'ਚ ਲਫ਼ ਜਿਹੜੇ ਹੁੰਦੇ ਆ ਉਹ ਵਧੀਆ ਤੋਂ ਵਧੀਆ ਹੁੰਦੇ ਆ। ਮੇਰੀ ਅਗਲੀ ਜਿਹੜੀ ਅਟਲ ਸੱਚਾਈ ਹੈ ਕਿ ਅੱਜ ਨੇ ਕੱਲ੍ਹ ਇਹ ਹੋ ਜਾਣਾ, ਖਿਆਲ ਨਾ ਸੋਚਣਾ ਕਿ ਜੋ ਮੇਰੀ ਕਲਮ ਨੇ ਬਿਆਨ ਕੀਤਾ ਕਿ ਸਮੇਂ ਦੀ ਹਿੱਕ ਅਤੇ ਲੀਕ ਕਿਹਨੇ ਹੈ ਭਾਈ, ਅਜ਼ਲਾਂ ਤੋਂ ਟੁਰਿਆ ਆ ਰਿਹਾ ਨਿਰੰਤਰ ਰਾਹੀ। ਇਹ ਸਮਾਂ ਇਹ ਚੱਲਦਾ ਆ ਰਿਹਾ, ਇਹ ਚੱਲਦਾ ਹੀ ਰਹਿਣਾ। ਦੁਨੀਆ ਵਾਲਿਓ, ਅੱਜ ਨੇ ਕੱਲ੍ਹ ਹੋ ਜਾਣਾ ਹੈ ਅਟਲ ਸੱਚਾਈ, ਸਮੇਂ ਦੀ ਹਿੱਕ ਅਤੇ ਲੀਕ ਕਿਹਨੇ ਹੈ ਵਾਹੀ, ਕਿਹਨੇ ਹੈ ਵਾਹੀ। ਇੰਜ ਧੀਆਂ ਪਰਦੇਸਣ ਹੋ ਜਾਣੀਆਂ ਅਤੇ ਪੁੱਤਰਾਂ ਨੂੰ ਨੂੰਹਾਂ ਲੈ ਜਾਣਗੀਆਂ ਰੰਗ ਕੁਦਰਤ ਦੇ ਭਾਈ। ਦੋਨੋਂ ਹੀ ਗੱਲਾਂ ਹੈ, ਜੇ ਧੀਆਂ ਨੇ ਪਰਦੇਸਣਾ ਹੋਣਾ ਅਤੇ ਪੁੱਤਰਾਂ ਨੇ ਵੀ ਨੂੰਹਾਂ ਦੇ ਨਾਲ ਆਪਣਾ ਘਰ ਬਣਾ ਲੈਣਾ, ਇਹ ਨੈਚੁਰਲ ਹੈ। ਅਕਿੰਜ ਧੀਆਂ ਪਰਦੇਸਣ ਹੋ ਜਾਣੀਆਂ ਅਤੇ ਪੁੱਤਰਾਂ ਨੂੰ ਨੂੰਹਾਂ ਲੈ ਜਾਣਗੀਆਂ ਰੰਗ ਕੁਦਰਤ ਦੇ ਭਾਈ। ਮਾਂ ਬਾਪ ਆਪਣੇ ਬੱਚੇ ਸਿਆਣਤਾ ਸੰਗ ਪਾਲਦੇ, ਦਿਨ ਰਾਤ ਮੁਸ਼ਕਰਤ ਕਾਲਦੇ, ਉਹਨਾਂ ਦਾ ਭਵਿੱਖ ਹੁੰਦਾ ਉਹਨਾਂ ਲਈ, ਉਹ ਮਾਂ ਬਾਪ ਜਿਹੜੇ ਆ ਦਿਨ ਅਤੇ ਰਾਤ ਇਹ ਕਰ ਦਿੰਦੇ ਆ, ਕਿਉਂਕਿ ਕੋਈ ਤਰੁੱਟੀ ਰਹਿ ਨਾ ਜਾਵੇ, ਇਹ ਸਾਡੇ ਭਵਿੱਖ ਦੇ ਦਾਅਵੇ, ਜੋ ਬੁੱਢੇ ਵਕਤ
ਸੰਭਾਲ ਦੇ। ਗਮੀ ਇਹ ਸਾਡੀ, ਖੁਸ਼ੀ ਇਹ ਸਾਡੀ, ਰੋਸ਼ਨੀ ਦੇ ਚਿਰਾਗ ਇਹਨਾਂ ਦੀਵਿਆਂ ਚੋਹਾਂ ਪਾਲ ਦੇ। ਵਸਦੇ ਘਰਾਂ ਦੇ ਦੀਪ ਇਹ ਸੋਹਣੇ ਬੱਚੇ ਮਨ ਮਾਉਣੇ, ਇਹ ਸਾਡਾ ਸੰਸਾਰ ਸਥਾਈ, ਇਹ ਸਾਡਾ ਸੰਸਾਰ ਸਥਾਈ। ਸੋ ਦੋਸਤੋ, ਸਮੇਂ ਦੀ ਹਿੱਕ ਅਤੇ ਲੀਕ ਕਿਹਨੇ ਹੈ ਪਾਈ, ਇਹ ਤਾਂ ਅਜ਼ਲਾਂ ਤੋਂ ਟੁਰਿਆ ਆ ਰਿਹਾ ਨਿਰੰਤਰ ਰਾਹੀ। ਅੱਜ ਨੇ ਕੱਲ੍ਹ ਇਹ ਹੋ ਜਾਣਾ ਹੈ ਅਟਲ ਸੱਚਾਈ। ਇਹ ਔਲਾਦ ਹਰ ਜੋੜੇ ਦੀ ਰੱਬੀ ਰਹਿਮਤ ਕਾਦਰੇ ਅਨਮੋਲ ਮੁਰਾਦ, ਜਾਣਿਓ ਇੱਕ ਅਮੁੱਲੀ ਸੌਗਾਤ। ਪੁੱਛ ਵੇਖਣਾ ਉਸ ਬਦਨਸੀਬ ਤਾਹੀਂ ਜਿਨ੍ਹਾਂ ਨੂੰ ਨਿਹਮਤ ਖੁਦਾ ਨੇ ਇਹ ਬਖਸ਼ੀ ਨਾਹੀਂ। ਕਿੰਜ ਦਰ ਦਰ ਮੰਗਦੇ ਉਹ ਫਿਰ, ਕਿੰਜ ਦਰ ਦਰ ਮੰਗਦੇ ਫਿਰ ਨਿਰਾਲੀ ਖੈਰਾਤ, ਉਹ ਖੁਆਬਾਂ ਜਿਉਂਦੇ ਨਿੱਤ ਮੜੀਆਂ ਮਸੀਤਾਂ 'ਤੇ ਧੂਪ ਤਕਾਉਂਦੇ। ਉਹ ਸੋਚਦੇ ਵੀ ਸ਼ਾਇਦ ਮੜੀਆਂ ਮਸੀਤਾਂ ਧੂਪ ਤਕਾ ਕੇ ਸਾਨੂੰ ਔਲਾਦ ਮਿਲ ਜਾਏਗੀ। ਕਿੱਧਰੋਂ ਰੇਖ ਮੇਖ ਲੱਗ ਜਾਏ, ਬਣ ਜਾਏ ਵਿਗੜੀ ਬਾਤ। ਆਸ ਦੀਵਾ ਸਾਡੇ ਘਰੀਂ ਬਲੇ, ਔਲਾਈ ਔਲਾਦਹੀਣ ਰਹਿੰਦੇ ਦਲੇ ਮਲੇ। ਦਾਤਾ ਧੀਆਂ ਪੁੱਤਰਾਂ ਦੀ ਦਾਤ, ਸਭ ਦੇ ਲੇਖੀ ਜੋ ਹੋਏ ਬਖਸ਼ਾਈ, ਤੂੰ ਸਭ ਨੂੰ ਬਖਸ਼। ਸੋ ਸਮੇਂ ਦੀ ਹਿੱਕ ਅਤੇ ਲੀਕ ਕਿਹਨੇ ਹੈ ਪਾਈ, ਅਜ਼ਲਾਂ ਤੋਂ ਟੁਰਿਆ ਆ ਰਿਹਾ ਨਿਰੰਤਰ ਰਾਹੀ। ਗਿਲ ਗਿਆ ਹੈ ਜੀਵਨ ਹਰ ਇੱਕ ਨੇ ਹੈ ਜਿਉਣਾ, ਦੁੱਖ ਸੁੱਖ ਹਰ ਜੀਵਨ ਦੀ ਜਾਨ ਨੂੰ ਆਉਣਾ। ਇਹ ਮੁਸ਼ਕਿਲ ਨਹੀਂ ਸਮਝਣਾ ਅਤੇ ਸਮਝਾਉਣਾ, ਯਹ ਦੁੱਖ ਔਰ ਸੁੱਖ ਦੋਨੋਂ ਹੀ ਆ, ਦੁੱਖ ਵੀ ਆਉਣਾ ਸੁੱਖ ਵੀ ਆਉਣਾ। ਆਪਾਂ ਦੋਨਾਂ ਨੂੰ ਐਨ ਬੜੀ ਸ਼ਾਨ ਦੇ ਨਾਲ ਉਹਨੂੰ ਜਿਉਣਾ ਹੈ। ਜੀਵਨ ਹਰ ਇੱਕ ਨੇ ਹੈ ਜਿਉਣਾ, ਦੁੱਖ ਸੁੱਖ ਹਰ ਜੀਵਨ ਦੀ ਜਾਨ ਨੂੰ ਆਉਣਾ। ਇਹ ਮੁਸ਼ਕਿਲ ਨਹੀਂ ਸਮਝਣਾ ਅਤੇ ਸਮਝਾਉਣਾ, ਕਿਉਂਕਿ ਬਚਪਨ ਜਵਾਨੀ ਅਤੇ ਬੁਢਾਪਾ ਜ਼ਿੰਦਗੀ ਦੇ ਤਿੰਨ ਪੜਾਅ, ਆਖਰ ਮੌਤ ਸਭ ਲਈ ਇੰਤਹਾ, ਸਭ ਦਾ ਅੰਤ ਸੱਚਮੁੱਚ ਹੈ ਆਉਣਾ। ਵਾਹ, ਬੁਢਾਪਾ ਅਕਸਰ ਬਿਮਾਰੀ ਦਾ ਘਰ, ਸਦਾ ਲੜੀਂਦੇ ਸਹਾਇਕ ਨਜ਼ਰ ਹੋਵੇ, ਆਪਣੀ ਨੇਕ ਔਲਾਦ ਬਣੇ ਸੁਹਾਗੇ ਅਤੇ ਸੋਨਾ, ਸੋਨੇ ਅਤੇ ਸੁਹਾਗਾ। ਕਿਉਂਕਿ ਦੇਖੋ, ਜਦੋਂ ਤੁਹਾਡੀ ਆਪਣੀ ਔਲਾਦ ਹੋਊਗੀ, ਉਹ ਤੁਹਾਡੀ ਲੁਕਾਵਟ ਜ਼ਰੂਰ ਕਰੂਗੀ। ਪਰ ਭਾਰਤ 'ਚ ਕੋਈ ਸੋਸ਼ਲ ਸਿਕਿਉਰਿਟੀ ਅਦਾਰਾ ਨਹੀਂ, ਬਿਲਕੁਲ ਹੈ ਨਹੀਂ। ਦੈਟਸ ਵਾਈ ਪੁੱਤਰਾਂ ਬਾਅਦ ਦੂਸਰਾ ਕੋਈ ਸਹਾਰਾ ਨਹੀਂ, ਤਾਂਹੀਓ ਪੁੱਤਾਂ ਦੀ ਕੀਮਤ ਗੰਢ ਜਹਾਨਾ ਸਤਿਗੁਰਾਂ ਆਪੂ ਫਰਮਾਈ। ਸੋ ਸਮੇਂ ਦੀ ਹਿੱਕ ਅਤੇ ਲੀਕ ਕਿਹਨੇ ਹੈ ਪਾਈ, ਇਹ ਤਾਂ ਅਜ਼ਲਾਂ ਤੋਂ ਤੁਰਿਆ ਆ ਰਿਹਾ ਨਿਰੰਤਰ ਰਾਹੀ। ਅੱਜ ਨੇ ਕੱਲ੍ਹ ਹੋ ਜਾਣਾ ਹੈ ਦੁਨੀਆ ਵਾਲਿਓ, ਇਹ ਹੈ ਅਟਲ ਸੱਚਾਈ। ਅੱਗੇ ਜੋ ਹੈ ਸਾਡੀ ਜ਼ਿੰਦਗੀ ਦੀ ਅਸਲੀਅਤ, ਕਿ ਪੁੱਤਾਂ ਤਾਂ ਮਿਲਖਾਂ ਵੰਡੀਆਂ, ਨੂੰਹਾਂ ਫੋਲੇ ਸੰਦੂਕ, ਜਾਂ ਮਾਂ ਪਿਓ ਹੋਏ ਜਹਾਨੋਂ ਕੂਚ। ਪੁੱਤਾਂ ਮਿਲਖਾਂ ਵੰਡੀਆਂ, ਨੂੰਹਾਂ ਫੋਲੇ ਸੰਦੂਕ, ਜਾਂ ਮਾਂ ਪਿਓ ਜਹਾਨੋਂ ਹੋਏ ਕੂਚ। ਤੀਆਂ ਦੇ ਪੋਟੇ ਪੂੰਝਦੇ, ਮਾਂ ਪਿਓ ਦੀਆਂ ਅੱਖਾਂ ਦੇ ਨੀਰ, ਜਦ ਜਨਮ ਸੁਹੰਦੜਿਆਂ ਦੀ ਆਉਂਦੀ ਅਖੀਰ, ਤਤੜੀ ਦੇ ਭਾਗੀ ਇਹੀਓ ਦਰਦੀ ਹੂਕ। ਜ਼ਿੰਦਗੀ ਦੀ ਇਹ ਤਲਖ ਹਕੀਕਤ, ਸਮਾਜ ਸਿਰਜਦਾ ਮਨੁੱਖੀ ਕੀਮਤ। ਦੇਖੋ ਸਮਾਜ ਜਿਹੜਾ ਆ, ਅਸੀਂ ਜੋ ਵੀ ਬਣਾਉਂਦੇ ਹਾਂ ਆਪਣਾ ਸਮਾਜ, ਉਹ ਅਸੀਂ ਆਪ ਬਣਾ ਰਹੇ ਹਾਂ, ਆਪ ਸਿਰਜ ਰਹੇ ਹਾਂ, ਸਾਨੂੰ ਪਤਾ ਅਸੀਂ ਕੀ ਕਰ ਰਹੇ ਹਾਂ।
ਜ਼ਿੰਦਗੀ ਦੇ ਤਲਕ ਹਕੀਕਤ ਸਮਾਜ ਸਿਰਜਦਾ ਮਨੁੱਖੀ ਕੀਮਤ ਇਹ ਹੈ ਇਨਸਾਨੀ ਫਿਤਰਤ ਜਿਹਨੂੰ ਜਾਣੀਏ ਹੱਕ ਹਕੂਕ ਪਿਆਰੇ ਸੰਸਾਰੀ ਬੰਦਿਆਂ ਪਾਲੇ ਬਿੱਥਾਂ ਅਤੇ ਪਹਾੜੇ ਜੋ ਜੀਵਨ 'ਚ ਬਣ ਗਏ ਨਿਮੂਲ ਪੁਆੜੇ ਪਰ ਸਮਾਨਤਾ ਹੀ ਆਖਰ ਹੋਏਗੀ ਸੁਖਦਾਇਕ ਸਹਾਈ ਸਮਾਨਤਾ ਸਮਾਨਤਾ ਲਿਆਉਣੀ ਬਹੁਤ ਜ਼ਰੂਰੀ ਹੈ ਸਮਾਨਤਾ ਹੀ ਆਖਰ ਹੋਏਗੀ ਸਹਾਇਕ ਸੁਖਦਾਇਕ ਸਹਾਈ ਸੋ ਦੁਨੀਆ ਵਾਲਿਓ ਸਮੇਂ ਦੀ ਹਿੱਕ ਅਤੇ ਲੀਕ ਕਿਹਨੇ ਹੈ ਪਾਈ ਪੈਣੀ ਨਹੀਂ ਉਹ ਕਿਉਂਕਿ ਉਹ ਤਾਂ ਤੁਰਾ ਹੀ ਜਾਣਾ ਆ ਅਜ਼ਲਾਂ ਤੋਂ ਤੁਰਿਆ ਆ ਰਿਹਾ ਇਹ ਨਿਰੰਤਰ ਰਾਹੀ ਅੱਜ ਨੇ ਕੱਲ੍ਹ ਹੋ ਜਾਣਾ ਹੈ ਅਟਲ ਸੱਚਾਈ ਅਟਲ ਸੱਚਾਈ ਇੰਜ ਧੀਆਂ ਵੀ ਪ੍ਰਦਰਸ਼ਨ ਹੋ ਜਾਣੀਆਂ ਅਤੇ ਪੁੱਤਰਾਂ ਨੂੰ ਨੂਹਾਂ ਲੈ ਜਾਣਗੀਆਂ ਰੰਗ ਕੁਦਰਦੇ ਭਾਈ ਸਮੇਂ ਦੀ ਹਿੱਕ ਅਤੇ ਲੀਕ ਕਿਹਨੇ ਹੈ ਪਾਈ ਇਹ ਤਾਂ ਨਿਰੰਤਰ ਤੁਰਿਆ ਆ ਰਿਹਾ ਇਹੋ ਹੈ ਅਟਲ ਸੱਚਾਈ ਇਹੋ ਹੈ ਅਟਲ ਸੱਚਾਈ ਲਓ ਜੀ ਸਾਡਾ ਇਸ ਵੇਲੇ ਸਮਾਂ ਜਿਹੜਾ ਆ ਉਹ ਪੂਰਾ ਹੋ ਗਿਆ ਹੈ ਅਤੇ ਇੱਕ ਘੰਟੇ ਦੇ ਵਿੱਚ ਸਾਡੇ ਸ਼ਾਇਰ ਬੁਲਾਰੇ ਸਿਮਰਜੀਤ ਚਾਹਲ ਜੀ ਕਿਤਾਬਾਂ ਬਾਰੇ ਬਹੁਤ ਸੋਹਣੀ ਗੱਲ ਕਰਕੇ ਗਏ ਕਿਉਂਕਿ ਕਿਤਾਬਾਂ ਹੀ ਇੱਕ ਐਸੀ ਚੀਜ਼ ਹੈ ਜਿਹ ਤੋਂ ਸਾਨੂੰ ਗਿਆਨ ਮਿਲਦਾ ਹੈ ਔਰ ਗਿਆਨ ਇਨਸਾਨ ਨੂੰ ਜ਼ਿੰਦਗੀ ਦੇ ਵਿੱਚ ਸਫਲਤਾ ਦੀ ਕੁੰਜੀ ਦਵਾਉਂਦਾ ਸੋ ਕਿਤਾਬਾਂ ਜ਼ਰੂਰ ਹਰ ਇੱਕ ਨੂੰ ਪੜ੍ਹਨੀਆਂ ਚਾਹੀਦੀਆਂ ਕਿਤਾਬਾਂ ਨਾਲ ਪਿਆਰ ਪਾਉਣਾ ਚਾਹੀਦਾ ਅੱਜ ਦੇ ਮੈਂ ਬੱਚਿਆਂ ਨੂੰ ਕਹੂੰਗਾ ਕਿ ਜਿਹੜੇ ਆਪਣੇ ਫੋਨ ਆ ਉਹਨਾਂ ਵੱਲੋਂ ਧਿਆਨ ਥੋੜ੍ਹਾ ਜਿਹਾ ਹਟਾ ਕੇ ਕਿਤਾਬਾਂ ਵੱਲ ਜ਼ਰੂਰ ਧਿਆਨ ਦਿਓ ਤਾਂ ਕਿ ਤੁਸੀਂ ਜ਼ਿੰਦਗੀ 'ਚ ਅੱਗੇ ਵੱਧ ਸਕੋ ਉਸ ਤੋਂ ਬਾਅਦ ਸਾਡੀ ਆਸ਼ਾ ਮਾਲ ਜੀ ਆਏ ਅਤੇ ਗੁਰਦੇਵ ਸਿੰਘ ਭੋਗਲ ਜੀ ਨੇ ਸਰਗੀ ਦੇ ਵੇਲੇ ਦਾ ਆਪਣਾ ਨਜ਼ਾਰਾ ਦੱਸਿਆ ਬਹੁਤ ਵਧੀਆ ਹੁੰਦਾ ਹੀ ਸਵੇਰ ਨੂੰ ਅੱਛਾ ਨਜ਼ਾਰਾ ਆ ਤੁਸੀਂ ਵੀ ਉੱਠ ਕੇ ਦੇਖੋ ਫਿਰ ਪਤਾ ਲੱਗੇਗਾ ਬਿੰਦਰਾ ਸਾਹਿਬ ਨੇ ਆਪਣਾ ਇਹ ਗੀਤ ਗਾਇਆ ਜਗਿੰਦਰ ਮਹੇ ਜੋਗੀ ਜੀ ਕਹਿੰਦਾ ਕਿ ਨਾਮ ਜਪ ਲਓ ਅਤੇ ਉਸ ਰੱਬ ਨੂੰ ਧਿਆ ਲਓ ਸੱਤਿਆ ਰੱਤੂ ਜੀ ਜਿਹੜੇ ਕਿ ਬਾਬਾ ਸਾਹਿਬ ਡਾਕਟਰ ਅੰਬੇਦਕਰ 'ਤੇ ਬੋਲ ਕੇ ਗਏ ਆ ਕਿ ਰਿਸਣਾ ਪਵਿੱਤਰ ਕਰ ਲਓ ਜੈ ਭੀਮ ਬੋਲੋ ਜੈ ਭੀਮ ਬੋਲੋ ਸਭ ਦਾ ਮੈਂ ਤਹਿ ਦਿਲੋਂ ਧੰਨਵਾਦੀ ਹਾਂ ਇਹ ਸੀ ਸਾਡੀ ਅੱਜ ਦਾ ਕਵੀ ਦਰਬਾਰ ਅਗਲੇ ਹਫ਼ਤੇ ਇਸੇ ਤਰ੍ਹਾਂ ਫਿਰ ਮੈਂ ਇਸੇ ਟਾਈਮ 5 ਤੋਂ 6 ਤੁਹਾਡੇ ਵਿੱਚ ਹਾਜ਼ਰੀ ਭਰਾਂਗਾ ਅਗਰ ਉਸ ਮਾਲਕ ਨੇ ਆਪਣੀ ਜ਼ਿੰਦਗਾਨੀ ਬਖਸ਼ੀ ਮਿਹਰਬਾਨੀ ਬਖਸ਼ੀ ਅਤੇ ਅਗਲੇ ਹਫ਼ਤੇ ਦਾ ਇੰਤਜ਼ਾਰ ਕਰਦੇ ਹੋਏ ਅੱਛੇ ਕੰਮ ਆਪਾਂ ਸਾਰਿਆਂ ਨੇ ਕਰਨੇ ਆ ਔਰ ਕੋਸ਼ਿਸ਼ ਕਰਨੀ ਆ ਕਿ ਸ਼ਾਮ ਨੂੰ ਸੌਣ ਤੋਂ ਪਹਿਲਾਂ ਇਹ ਜ਼ਰੂਰ ਸੋਚਣਾ ਕਿ ਅੱਜ ਮੈਂ ਕੋਈ ਬੁਰਾ ਕੰਮ ਤਾਂ ਨਹੀਂ ਕੀਤਾ ਅੱਜ ਮੈਂ ਕਿਸੇ ਦਾ ਦਿਲ ਤਾਂ ਨਹੀਂ ਦਿਖਾਇਆ ਔਰ ਜੇ ਦਿਖਾਇਆ ਤਾਂ ਮੁੜ ਕੇ ਨਹੀਂ ਇੱਦਾਂ ਕਰੂੰਗਾ ਸੋ ਸਭ ਨੂੰ ਪਿਆਰ ਭਰੀ ਜੈ ਗੁਰਦੇਵ ਨਮਸਕਾਰ ਸਤਿ ਸ਼੍ਰੀ ਅਕਾਲ ਅਤੇ ਅਦਾਬ ਥੈਂਕ ਯੂ ਵੈਰੀ ਮੱਚ